ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਸਾਧਨ ਜੀ ਆਪ ਬੜਾ ਵਿਸਥਾਰ ਪੂਰਵਕ ਲਿਖਿਆ ਹੋਇਆ ਸੱਚੀਪਾਲ ਸਾਹਿਬ ਤੋਂ ਨੇਕ ਸਰਵਣ ਕਰ ਰਹੇ ਸੀ। ਗੁਰਮੁਖ ਸਿਧਾਂਤ ਦਾ ਨਿਚੋੜ ਹੈ ਕਿਉਂਕਿ ਗੁਰੂ ਮਹਾਰਾਜ ਇਹੀ ਕਹਿੰਦੇ ਨੇ ਵੀ ਕੋਈ ਆਪੇ ਹੀ ਮਹਾਰਾਜ ਅਖੀਰ 'ਤੇ ਲਿਖਦੇ ਨੇ ਕਹੂੰ ਵਰਦੇ ਕਹੂੰ ਛੰਦ ਸੋ ਸੁਣਾਏ ਲੇ ਸਰਵਕਾਲ ਸਰਵ ਟੌਰ ਏਕ ਸੇ ਲੱਗਦੇ ਦੁਆਤ ਨਹੀਂ ਆਉਂਦੀ। ਇਹ ਸਿਧਾਂਤ ਹੈ ਗੁਰਮੁਖ ਦਾ। ਇੱਥੋਂ ਅਸੀਂ ਥੋੜ੍ਹਾ ਜਿਹਾ ਡਿਪਾਰਚਰ ਗੁਰੂ ਮਹਾਰਾਜ ਨੇ ਜਿੰਨੇ ਸ਼ਾਸਤਰ ਸੀਗੇ ਉਹ ਇਹ ਨਹੀਂ ਉਹ ਗਲਤ ਨੇ ਜੇ ਅਸੀਂ ਐਵੇਂ ਰਿਜੈਕਟ ਕਰਦੇ ਵੱਡੇ ਵੱਡੇ ਮਹਾਨ ਰਿਸ਼ੀਆਂ ਨੇ ਆਪਣਾ ਜ਼ਿੰਦਗੀ ਲਾ ਲਾ ਕੇ ਤਜਰਬੇ ਕਰ ਕਰਕੇ ਉਹ ਰਚੇ ਨੇ ਸਾਰੇ ਸ਼ਾਸਤਰ ਛੇ ਸ਼ਾਸਤਰ ਨੇ ਉਹਨਾਂ ਦੇ ਵਿਚਾਰ ਜਿੱਥੇ ਉਲਝ ਰਹੇ ਸੀ ਉਦੋਂ ਗੁਰੂ ਮਹਾਰਾਜ ਨੇ ਰਾਹ ਦੱਸ ਦਿੱਤਾ ਵੀ ਨਹੀਂ ਇੱਥੋਂ ਕਹਾਂ ਇੱਥੇ ਸਾਡਾ ਕਿਸੇ ਨਾਲ ਇਹ ਮਤਭੇਦ ਨਹੀਂ ਹੈ ਜਿੱਥੇ ਤੱਕ ਉਹ ਹੈਗੇ ਉੱਥੇ ਤੁਸੀਂ ਤਾਂ ਅਸੀਂ ਮੰਨਦੇ ਹੀ ਹਾਂ ਵੀ ਤੁਸੀਂ ਇੱਥੇ ਤੱਕ ਪਹੁੰਚੋ ਇੱਥੋਂ ਕਹਾਂ ਆਪ ਬਹਿ ਲਓ ਉਹ ਜਿੱਥੇ ਖੜ੍ਹ ਕੇ ਉੱਥੋਂ ਕਹਾਂ ਦਾ ਗਾਂ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਜੇ ਕਿਤੇ ਸਮਝ 'ਚ ਆ ਜਾਵੇ ਜ਼ਿੰਦਗੀ ਭਰ ਦੇ ਅੰਦਰ ਪਰਮ ਸੁੱਖਾਂ ਦੀ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਦੁੱਖ ਦਾ ਨਾਮ ਨਿਸ਼ਾਨੇ ਮਿਟ ਜਾਂਦਾ ਦੁੱਖ ਨਾ ਹੀ ਸਭ ਸੁੱਖ ਹੀ ਹੈ ਪਰਿਭਾਸ਼ਾ ਹੀ ਖਤਮ ਹੋ ਜਾਂਦੀ ਹੈ। ਜੇ ਦੁੱਖ ਦੇ ਤਾਂ ਤੁਝੇ ਰਾਤੀ ਸੁੱਖ ਵੀ ਤੁਝੇ ਜੇ ਸੁੱਖ ਦੇ ਤਾਂ ਤੁਝੇ ਰਾਤੀ ਦੁੱਖ ਵੀ ਤੁਝੇ ਦੇ। ਸੋ ਇਹ ਸਿਧਾਂਤ ਗੁਰੂ ਮਹਾਰਾਜ ਨੇ ਸੰਸਾਰ ਨੂੰ ਆ ਕੇ ਦਿੱਤਾ ਇੱਕ ਜੀਵਨ ਦੇ ਅੰਦਰ ਅਸੀਂ ਇਸ ਨੂੰ ਪਰਖਣ ਦਾ ਯਤਨ ਕਰਾਂਗੇ ਕਿਉਂਕਿ ਸਾਖੀ ਇਸ ਕਰਕੇ ਲਾਈ ਜਾਂਦੀ ਹੈ ਠੀਕ ਕਰ ਪਾਏ ਕਿ ਗੱਲ ਹੈ ਬਹੁਤ ਭਾਰੀ ਫਿਲੋਸਫੀ ਦੀ ਪਰ ਨੀਂਦ ਆ ਜਾਂਦੀ ਹੈ ਕੁਦਰਤੀ ਇੱਕ ਸਾਡਾ ਮਾਇੰਡ ਰਿਜੈਕਟ ਕਰਦਾ ਮੰਨਦਾ ਨਹੀਂ ਹੈ ਗਰਦਾ ਸਿੱਧੀ ਹੋਈ ਹੈ ਗੀਤਾ ਵਿੱਚ ਬਿਲਕੁਲ ਸਪਸ਼ਟ ਕਰੀ ਹੋਈ ਹੈ। ਉਹ ਅਰਜਨ ਕਹਿਣ ਲੱਗਿਆ ਵੀ ਫਿਰ ਅਸੀਂ ਮੰਨਦੇ ਕਿਉਂ ਨਹੀਂ ਹਾਂ ਉਹ ਕਹਿੰਦੇ ਮਰ ਅਰਜਨ ਤੇਰੇ ਅੰਤਸ਼ਕਰਨ ਉੱਤੇ ਮਾਇਆ ਦਾ ਜਾਲ ਪਿਆ ਪਿਆ ਹਨੇਰਾ ਕਰਿਆ ਹੋਇਆ ਉਹਨੇ ਤੇਰਾ ਮਨ ਐਗਰੀ ਨਹੀਂ ਕਰਦਾ ਜਿਹੜਾ ਕੁਛ ਮੈਂ ਕਹਿ ਰਿਹਾ ਇਹ ਸਾਰਾ ਜਿੰਨਾ ਵੀ ਸਾਡੇ ਜੀਵਨ ਦਾ ਸੰਬੰਧ ਹੈ ਮਨ ਨਾਲ ਹੈ ਮੰਮਾ ਮਨਸੋਂ ਕਾਜ ਹੈ ਮਨ ਸਾਧੇ ਸਿੰਧੋ ਹੈ ਮਨ ਹੀ ਮਨਸੋਂ ਕਹੇ ਕਵੀਰਾ ਮਨਸਾ ਮਿਲਿਆ ਨਾ ਕੋਈ ਜਿਹੜਾ ਮਾਇਆ ਤੱਤ ਹੈ ਇਹਦੇ ਵਿੱਚ ਵਾਹਿਗੁਰੂ ਨੇ ਬਣਾਇਆ ਉਹਦੇ ਕਰਕੇ ਭਰਮ ਸੇਖੇ ਪਏ ਹੋਏ ਨੇ। ਵਾਰ ਵਾਰ ਪਰਮੇਸ਼ਰ ਭੇਜਦਾ ਹੈ ਮਹਾਂਪੁਰਸ਼ਾਂ ਨੂੰ ਸਾਧੂ ਸੰਤ ਆਪਣਾ ਅਨੁਭਵ ਜ਼ਿੰਦਗੀ ਭਰ ਕਮਾ ਕੇ ਸਾਂਝਾ ਕਰਦੇ ਨੇ ਪਰ ਮਾਇਆ ਨਹੀਂ ਲੈਂਦੀ ਇਹ ਕਿਸੇ ਤਰੀਕੇ ਨਾਲ ਛੁੱਟਦੀ ਨਹੀਂ। ਇੱਕ ਤਾਂ ਮਹਾਰਾਜ ਨੇ ਇਹਦਾ ਇਲਾਜ ਵੀ ਦੱਸਿਆ ਇਸ ਤਰ੍ਹਾਂ ਨਾਲ ਪੜ੍ਹ ਲਓ ਛੁੱਟਦੀ ਨਾ ਮਾਇਆ ਜੀ ਬਿਨਾ ਮਹਾਰਾਜ ਪਿਆਰੇ ਛੁੱਟਦੀ ਨਾ ਮਾਇਆ ਜੀ ਬਿਨਾ ਮਹਾਰਾਜ ਪਿਆਰੇ
ਪਿਆਰੇ ਸੁਣੀਨਾ ਮਾਇਆ ਜੀ ਬਿਨਾ ਫੁੱਲ ਅਵਿਦਿਆ ਕਿੰਨੇ ਨਾਮ ਨੇ ਇਹਦੇ। ਇਹਦਾ ਜੇ ਮਤਲਬ ਸਮਝਣਾ ਹੋਵੇ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ। ਸਿੱਧਾ ਜਿਹਾ ਹਿਸਾਬ ਹੈ, ਮਾਇਆ ਉਸ ਚੀਜ਼ ਨੂੰ ਕਹਿੰਦੇ ਨੇ ਜਿਹਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰਲੇ ਪਾਸੇ ਖੜੇ ਹੋ ਜਾਣ, ਉਹ ਬੁੱਧੀ ਨੂੰ ਵੀ ਢੱਕ ਲੈਣ, ਅੰਦਰਲੀ ਜਿਹੜੀ ਜੋਤ ਜਗਦੀ ਉਹਨੂੰ ਵੀ ਢੱਕ ਲਿਆ। ਉਹ ਤਾਂ ਢੱਕਿਆ ਹੋਇਆ ਸਾਰਾ, ਅੰਦਰ ਖੜੇ ਕਿਤੇ ਜੋਤ ਜਗਦੇ ਜੀ। ਦੂਸਰਾ ਹੈ ਜਦੋਂ ਉਹਨਾਂ ਨੇ ਆਉਣਾ ਹੈ, ਵਾਹਿਗੁਰੂ ਨੇ ਭੁੱਲ ਜਾਣਾ। ਇਹ ਮਾਇਆ ਜਗਦੀਸ਼ ਰਸਾਈ ਤੋਰੇ ਜਨ ਅਨੁਸਾਰ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਉਹ ਵਾਹਿਗੁਰੂ ਵਿਸਰ ਜਾਂਦਾ, ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਮਾਇਆ ਨਾ ਨਾਲ ਜਾਂਦੀ ਹੈ ਨਾ ਇਹ ਆਦਮੀ ਨੂੰ ਦੁਖੀ ਕਰਦੀ ਹੈ। ਦੁੱਖ ਦਾ ਜਨਮ ਹੋਇਆ ਹੀ ਇਹਦੇ ਵਿੱਚੋਂ, ਉਹ ਸਾਨੂੰ ਪਿਆਰੀ ਲੱਗਦੀ ਹੈ। ਸਾਡਾ ਮਨ ਨਹੀਂ ਬਣਦਾ, ਸਾਥ ਨਹੀਂ ਦੇ ਰਿਹਾ। ਮਹਾਰਾਜ ਕਹਿੰਦੇ ਮਮਾ ਮਨ ਸੋਕਾਰ ਹੈ, ਮਨ ਸਾਧੇ ਸਿੱਧ ਹੋਏ ਜੇ ਤਾਂ ਸਿੱਧੀ ਪ੍ਰਾਪਤ ਕਰਨੀ ਹੈ ਤਾਂ ਮਨ ਨੂੰ ਸਾਥ, ਮਨ ਹੀ ਮਨ ਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋ। ਕਹਿੰਦੇ ਇਹਦੇ ਵਿੱਚ ਇੱਕ ਦੋ ਚਾਰ ਨਹੀਂ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਤਿੰਨ ਮੁੱਖ ਦੇਵਤੇ ਨੇ। ਮਹਾਰਾਜ ਕਹਿੰਦੇ ਮਾਇਆ ਦੇ ਅਧੀਨ ਨੇ, ਏਕਾ ਮਾਈ ਜੁਲਦ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਵੀ ਮਾਇਆ ਤੋਂ ਵੱਬ ਨਹੀਂ ਹੈ, 33 ਕਰੋੜ ਦੇਵਤਾ ਵੀ ਮਾਇਆ ਤੋਂ ਵੱਬ ਨਹੀਂ ਹੈ। ਨਾ ਕੋਈ ਵੀ ਦੇਵੀ ਦੇਵ ਜੋ ਪੈਦਾ ਕੀਤਾ ਹੈ ਪਰਮੇਸ਼ਰ ਨੇ, ਉਹ ਮਾਇਆ ਤੋਂ ਅੱਡ ਨਹੀਂ ਹੈ, ਸੁਤੰਤਰ ਹਸਤੀਆਂ ਨਹੀਂ ਹੈ, ਇਹ ਹੁੰਦੀਆਂ ਨੇ, ਮਿਲ ਜਾਂਦੀਆਂ ਨੇ। ਬਰਮਾ ਜੀ ਦੀ ਉਮਰ 16 ਕਰੋੜ 16 ਲੱਖ ਕਰੋੜ ਸਾਲ ਦੀ ਹੈ,
ਸ਼ਿਵਜੀ ਮਹਾਰਾਜ ਦੀ ਉਮਰ 16 ਉਹਦੀ ਹੈ 16 ਲੱਖ ਅਰਬ ਸਾਲ ਦੀ। ਸ਼ਿਵਜੀ ਮਹਾਰਾਜ ਦੀ ਉਮਰ ਹੈ 16 ਕਰੋੜ ਖਰਬ ਸਾਲ ਦੀ, ਉਹ ਤੋਂ 100 ਗੁਣੀ ਜ਼ਿਆਦਾ। ਮਹਾਰਾਜ ਕਹਿੰਦੇ ਏਕ ਸ਼ਿਵ ਪਏ ਗਏ ਏਕ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਗਏ, ਅਵਤਾਰ ਵੀ ਅਨੇਕ। ਇਹ ਸਥਾਨ ਸਿੱਧੇ ਰਾਸਤੀਆਂ ਨਹੀਂ, ਇਹਨਾਂ ਦੇ ਉੱਤੇ ਵੀ ਅਲੂਜ਼ਨ ਪਾਇਆ ਹੋਇਆ, ਪਰਮੇਸ਼ਰ ਭੁੱਲਿਆ ਹੋਇਆ। ਹਾਲਾਂਕਿ ਪਰਮੇਸ਼ਰ ਇਹਨੇ ਬੜੀ ਉੱਚੀ ਦਰਜਾ ਇਹਨਾਂ ਦਾ, ਲੇਕਿਨ ਇਹਨਾਂ ਦੇ ਵਿੱਚ ਵੀ ਮਾਇਆ। ਹੁਣ ਇਹ ਜਿਹੜਾ ਅਸੀਂ ਤਾਂ ਗਰੀਬ ਆਦਮੀ ਹਾਂ, ਸਾਡੇ 'ਚ ਤਾਂ ਹੋਣਗੀਆਂ ਨਹੀਂ, ਅਸੀਂ ਤਾਂ ਕੁਝ ਵੀ ਨਹੀਂ ਹੈਗੇ। ਅਸੀਂ ਯਤਨ ਕਰ ਰਹੇ ਹਾਂ ਵੀ ਪਾਠ ਚੱਕ ਕੇ ਪਰੇ ਮਾਰੀਏ। ਗੁਰੂ ਸਾਹਿਬ ਨੇ ਦੱਸਤਾ ਵੀ ਤਰੀਕਾ ਹੈਗਾ, ਡਾਇਨਾਮਿਟ ਲਾ ਕੇ ਪਹਾੜ ਨੂੰ ਉਡਾ ਦੇ। ਉਹ ਹੈ ਵੈਰਾਗ ਦਾ। ਵੈਰਾਗ ਕੀ ਹੈ? ਇੱਕ ਪਾਸੇ ਸਾਰੀ ਦੁਨੀਆ ਦੇ ਭੋਗ ਨੇ, ਕੁੱਲ ਦੁਨੀਆ ਦੇ। ਇਸ ਤੋਂ ਬਾਅਦ ਇਸ ਧਰਤੀ ਦੇ ਸਭ ਤੋਂ ਬੰਦਾ ਜਿਹੜਾ ਸੁਖੀ ਹੈ, ਉਹ ਤੋਂ 100 ਗੁਣਾ ਜ਼ਿਆਦਾ ਸੁੱਖ ਹੈ ਦੇਵ ਗੰਧਰਵ ਲੋਕ। ਉਹ ਤੋਂ 100 ਗੁਣਾ ਸੁੱਖ ਹੈ ਦੇਵ ਗੰਧਰਵ, ਉਸ ਤੋਂ 100 ਗੁਣਾ ਸੁੱਖ ਹੈ ਪਿੱਤਰ ਲੋਕ, ਉਸ ਤੋਂ 100 ਗੁਣਾ ਸੁੱਖ ਹੈ ਸਵਰਗ ਲੋਕ, ਉਹਦੇ 100 ਗੁਣਾ ਸੁੱਖ ਹੈ ਇੰਦਰ ਲੋਕ, ਉਸ ਤੋਂ 100 ਗੁਣਾ ਸੁੱਖ ਹੈ ਕਰਮ ਦੇਵ ਲੋਕ, ਉਦੋਂ 100 ਗੁਣਾ ਪਰਜਾਪਤ ਲੋਕ, ਉਸ ਤੋਂ 100 ਗੁਣਾ ਸੁੱਖ ਕਰਮ ਦੇਵ ਲੋਕ, ਉਸ ਤੋਂ 100 ਗੁਣਾ ਸੁੱਖ ਬ੍ਰਹਮ ਲੋਕ ਵਿੱਚ। ਜਿਹਦੇ ਮਨ ਵਿੱਚ ਇੰਨੀ ਦ੍ਰਿੜਤਾ ਹੋ ਗਈ ਵੀ ਜਿਹੜੇ ਬ੍ਰਹਮ ਲੋਕ ਦੇ ਭੋਗ ਨੇ ਉਹ ਕੌਮ ਦੀ ਪਿੱਠ ਭਰ ਕੇ ਨੇ, ਜੇ ਤਾਂ ਇਹ ਮਨ ਦੇ ਵਿੱਚ ਆ ਗਿਆ ਉਹ ਤੋਂ ਮਾਇਆ ਛੁੱਟ ਗਈ, ਦੂਜਿਆਂ ਦਿਨ ਛੁੱਟ ਗਈ। ਕਬੀਰ ਸਾਹਿਬ ਨੇ ਤਾਂ ਕਹਿੰਦਾ ਜਿਹਦੇ ਉੱਧਰ ਲੱਗਿਆ ਹੋਇਆ ਮਾਇਆ ਹੈ ਰਹਿਣੀ ਉਹਦੇ। ਦੂਸਰਾ ਹੈ ਵੀ ਇਹ ਤਤਵੇ ਅਤੇ ਮਹਾਂਪੁਰਸ਼ਾਂ ਦੇ ਨੇੜੇ ਨਹੀਂ ਆਉਂਦੀ। ਮਹਾਰਾਜ ਕਹਿੰਦੇ ਨੇ ਨਾਵੇਂ ਯੋਗ ਧਿਆਨ ਚਿਤਲਾਇਆ, ਬਿਨ ਬੈਰਾਗ ਨਾ ਛੂਟ ਸਮਾਇਆ। ਬੈਰਾਗ ਬਾਰੇ ਫਰਮਾਨ ਕਰਦੇ ਨੇ, ਬਿਰਾ ਬਿਰਾ ਆਖੀਐ ਬਿਰਾ ਤੂੰ ਸੁਲਤਾਨ, ਜਿਤ ਤਨ ਬਿਰਾ ਨਾ ਉਪਜੈ। ਉਹ ਤਨ ਕਿਹਾ ਗਿਆ ਕਹਿੰਦੇ ਸੋ ਤਨ ਜਨਮ ਸਾਨ, ਜਲਿਆ ਹੋਈ ਧਰਤੀ ਵਰਗਾ। ਬਹੁਤ ਦੂਰ ਬੈਠੇ ਹਾਂ ਸਾਧ ਸੰਗਤ ਦੀ ਅਸੀਂ ਰਿਅਲਾਈਜੇਸ਼ਨ ਤੋਂ, ਬਹੁਤ ਦੂਰ। ਦੁਨੀਆਂ ਦੀਆਂ ਵਡਿਆਈਆਂ ਨੂੰ ਅੰਤਮ ਗੋਲ ਬਣਾ ਰਿਹਾ, ਇਹ ਤਾਂ ਛੁੱਟ ਜਾਣੀਆਂ ਨੇ, ਕਿਤੇ ਰਹਿੰਦੀਆਂ ਨੇ। ਅੱਜ ਗਏ ਕੱਲ੍ਹ ਨੂੰ ਪਰਾਈਆਂ ਹੋ ਗਈਆਂ, ਆਸ਼ਰਮ ਪੁਰਾਣੇ ਹੋ ਜਾਂਦੇ ਨੇ, ਲੜਾਈਆਂ ਹੁੰਦੀਆਂ ਨੇ ਉੱਥੇ, ਘਰ ਪੁਰਾਣੇ ਹੋ ਜਾਂਦੇ ਨੇ, ਹਰ ਚੀਜ਼ ਪੁਰਾਣੀ ਹੋ ਜਾਂਦੀ ਹੈ, ਰਹਿੰਦਾ ਹੀ ਨਹੀਂ ਆਪਦਾ। ਸੋ ਉਹਦੇ ਨਾਲ ਸਾਡਾ ਪਿਆਰ ਹੈ, ਸੰਗ ਸੁਹਾਜ ਸੋ ਆਵੇ ਨਾ ਕੀ, ਜੋ ਬੈਰਾਗ ਤਾਂ ਸੋਚੀ। ਪਰ ਜਿਹਦੇ ਨਾਲ ਪਿਆਰ ਪਾਇਆ ਹੋਇਆ ਨਾ, ਮਹਾਰਾਜ ਕਹਿੰਦੇ ਤੈਨੂੰ ਪਿਆਰਿਆ ਪਤਾ ਨਹੀਂ ਹੈ, ਅਸੀਂ ਤੈਨੂੰ ਦੱਸਦੇ ਹਾਂ। ਮਾਇਆ ਹੋਈ ਨਾਗਣੀ, ਜਗਤ ਰਹਿ ਲੁਟਾਏ, ਜਗਤ ਰਹੀ ਲੁਟਾਏ। ਜਿਹਦਾ ਇਹਦੇ ਨਾਲ ਪਿਆਰ ਪੈ ਗਿਆ ਨਾ, ਹੁਣ ਮਾਇਆ ਪੁੱਤਰ ਵੀ, ਧੀਆਂ ਵੀ, ਪ੍ਰੋਪਰਟੀ ਵੀ, ਜੋ ਕੁਛ ਜਿਹਦਾ ਸਾਰੇ ਦਾ ਸਾਰਾ ਵਾਹਿਗੁਰੂ ਤੋਂ ਬਗੈਰ, ਉਹਨੂੰ ਸਾਰੇ ਨੂੰ ਮਾਇਆ ਕਹਿੰਦੇ ਨੇ। ਪੈਸੇ ਦਾ ਨਹੀਂ ਆਇਆ, ਪੈਸਾ ਮਹਾਰਾਜ ਨੇ ਕਿਤੇ ਵੀ ਨਹੀਂ ਕਿਹਾ, ਪੈਸਾ ਤਾਂ ਤੁਹਾਡੀ ਪਤਾ ਲੱਭ ਮੁਤਾਬਕ ਆਉਣਾ ਹੈ। ਕਰਮ ਤੁਸੀਂ ਆਪਣੇ ਗੁਣਾਂ ਦੇ ਮੁਤਾਬਕ ਕਰਨੇ ਹੀ ਕਰਨੇ ਨੇ, ਬੰਨ ਆਉਂਦੇ ਹੋ ਜਦ ਕਹਿੰਦੇ ਹੋ ਮੈਂ ਕਰਦਾ। ਹੋ ਨਹੀਂ ਹੈ, ਸੰਸਾਰ ਦਾ ਖੇਲ ਨਹੀਂ ਕਰਦਾ, ਵਾਹਿਗੁਰੂ ਆਪੇ ਐਸਾ ਇੰਤਜ਼ਾਮ ਕਰਿਆ ਹੋਇਆ। ਕੋਈ ਬੰਦਾ ਆਈਡਲ ਹੋ ਕੇ ਨਹੀਂ ਬੈਠ ਸਕਦਾ, ਜੇ ਕਹੇ ਮੈਂ ਬਹਿਣਾ, ਰੋਟੀ ਦਾ ਖਾਣੀ ਬਹੁਤ ਮੋਹ ਲਾਉਣਾ ਪਊਗਾ। ਮਹਾਰਾਜ ਕਹਿੰਦੇ ਇਹਦੇ ਵਿੱਚ ਰਹਿ ਕੇ ਜਿਹੜਾ ਲੰਘ ਜਾਏ ਉਹ ਸੂਰਮਾ, ਇਹ ਭਵਜਨ ਸਾਗਰ ਹੈ।
ਬੜਾ ਤਰੀਕਾ ਦੱਸਿਆ ਨੇ ਮਹਾਰਾਜ। ਉੜੇ ਆਲੇ ਵਾਲੇ ਬੱਚਿਆਂ ਨੂੰ ਜਿਵੇਂ ਪੜ੍ਹਾਏਗਾ, ਸੰਤੋ ਸਾਗਰ ਪਾਰ ਉਤਰੀਆ, ਜੇ ਕੋ ਵਚਨ ਕਮਾਵੇ ਸੰਤਨ ਦਾ ਗੁਰਪ੍ਰਸ਼ਾਦੀ ਤਰੀਆ। ਇੱਥੇ ਸੰਤਾਂ ਦੇ ਗੱਲ ਪਾ ਤੀ ਗੱਲ, ਤੂੰ ਮਹਾਰਾਜ ਦੇ ਵੇਖਿਆ ਕਰਦੇ ਖਤਮ ਨਹੀਂ ਸੀ ਹੋਣੀ। ਉਹਨਾਂ ਨੇ ਕਿਹਾ ਵੀ ਆਪਣੇ ਗੱਲ ਤਾਂ ਅਸੀਂ ਰੱਖਦੇ ਨਹੀਂ ਹਾਂ, ਚਲੋ ਸੰਤਾਂ ਦੇ ਜੁੰਮੇ ਲਾ ਦਿੰਦੇ ਹਾਂ, ਜੇ ਉਹਨਾਂ ਦਾ ਵਚਨ ਕੋਈ ਕਮਾ ਲਵੇ ਉਹ ਛੁੱਟ ਜਾਂਦਾ। ਬੇਅੰਤ ਤਰੀਕੇ ਦੱਸੇ ਹੋਏ ਨੇ। ਸੋ ਇਹਦੇ 'ਚ ਮਹਾਰਾਜ ਕਹਿੰਦੇ ਜਿਹਦੇ ਨਾਲ ਤੇਰਾ ਵਾਹ ਪਿਆ ਪਿਆ ਰਿਹਾ ਉਹ ਨਾਗ ਹੈ, ਨਾਗ ਨਾਗ ਨਹੀਂ ਬਾਜੇ ਨਾਗ ਇਹਦੇ ਅੰਦਰ ਨੇ, ਹਰ ਸਾਲ ਡੰਗ ਮਾਰਦੇ ਨੇ। ਉਹ ਨਾਗ ਮਰ ਜੂ ਹੋਰ ਆ ਜੂਗਾ, ਉਹ ਬੰਦੇ ਨੇ ਡੰਗ ਮਾਰਨਾ ਹੀ ਮਾਰਨਾ ਹਰ ਸਾਲ ਉਹਨਾਂ ਨੇ। ਉਹ ਹੈ ਕਹਿੰਦੇ ਮਾਇਆ ਹੋਈ ਨਾਗ ਨਹੀਂ, ਜਗਤ ਰਹੀ ਲੁਟਾਏ, ਇਸਦੀ ਸੇਵਾ ਜੋ ਕਰੇ ਉਹਦੇ ਨਾਲ ਫਿਰ ਪਿਆਰ ਕਰਦੀ ਆ, ਸੇਵਾ ਕਰਨ ਨਾਲ ਫਿਰ ਤੁਸੀਂ ਗੋਬਿੰਦ ਖਾਏ। ਉਹ ਖਾਂਦੀ ਕਿਉਂ ਹੈ, ਉਹ ਕਿਵੇਂ ਹੈ, ਮਾਨਸ ਜਨੂੰ ਸਾਨੂੰ ਮਿਲਿਆ ਥੋੜ੍ਹੇ ਪੀਰੀਅਡ ਵਾਸਤੇ, ਇਹਦੇ 'ਚ ਸਾਡਾ ਕੋਈ ਖਾਸ ਮੰਤਵ ਹੈ ਪ੍ਰਾਪਤ ਕਰਨਾ, ਉਧਰਲੇ ਪਾਸੇ ਨਹੀਂ ਹੈ ਜਾਣ ਦਿੰਦੀ, ਉਹ ਖਾ ਗਈ ਉਹਦਾ ਸਾਰਾ ਜਨਮ ਸੁਆਹ ਬਣਾਤਾ। ਗੁਰਮੁਖ ਕੋਈ ਗਾਰਡੂ ਜਿਨ ਦਰਬਨ ਲਾਈ ਪਾਏ, ਗੁਰਮੁਖ ਦੇ ਰਾਹੀਂ ਇਹ ਉਹਨੇ ਦਲ ਬਣ ਕੇ ਪਰਚਰਨੀ ਲਾਈ ਹੋਈ ਹੈ ਮਾਇਆ, ਉੱਥੇ ਤਾਲੇ ਕੱਢੀ ਉਹਦਾ ਬੇਬਸ ਹੋ ਜਾਂਦੀ ਹੈ। ਨਾਨਕ ਸਹੀ ਉਭਰੇ ਜੇ ਸੱਚ ਰਹੇ ਜੇ ਬਲੈ, ਬਾਕੀ ਜਿੰਨਾ ਸੰਸਾਰ ਹੈ ਵੱਡੇ ਵੱਡੇ ਅਸੀਂ ਨਾਂ ਲੈਂਦੇ ਹਾਂ, ਮੁਨੀਆਂ ਦੇ ਲੈਂਦੇ ਹਾਂ, ਯੋਗੀਆਂ ਦੇ ਲੈਂਦੇ ਹਾਂ, ਸ਼ਾਸਤਰੀਆਂ ਦੇ ਲੈਂਦੇ ਹਾਂ, ਕਥਾਕਾਰਾਂ ਦੇ ਲੈਂਦੇ ਹਾਂ, ਕਿਤਾਬਾਂ ਲਿਖਣ ਵਾਲਿਆਂ ਦੇ ਲੈਂਦੇ ਹਾਂ, ਮਹਾਰਾਜ ਕਹਿੰਦਾ ਇਹ ਤਾਂ ਸਾਰੇ ਮਾਇਆ ਦੇ ਮੋਹੇ ਪਏ ਨੇ। ਮੁਨ ਜੋ ਕਿ ਸ਼ਾਸਤਰਾਂ ਕਹਾਵਤ ਸਭ ਕੀਨੇ ਬਸ ਆਪਣੇ ਹੀ, ਤੀਨ ਦੇਵਰ ਕੋਲ 33 ਤਿਲ ਕੀ ਹੈਰਤ ਕਛ ਨਾ ਰਹੀ, ਹੈਰਾਨ ਹੋ ਜਾਂਦੇ ਵੀ ਇਹੋ ਜਿਹਾ ਤੱਤ ਪਰਮੇਸ਼ਰ ਨੇ ਬਣਾ ਦਿੱਤਾ, ਇਹਦੇ ਅਧੀਨ ਹੋਏ ਪਏ ਆ, ਰੱਬ ਸਰਵ ਸ਼ਕਤੀਮਾਨ ਹੈ, ਨਾਲ ਰਹਿੰਦਾ, ਅੰਦਰ ਵੀ ਰਹਿੰਦਾ, ਬਾਹਰ ਵੀ ਰਹਿੰਦਾ, ਇਹ ਮਾਇਆ ਨੇ ਸਾਰਿਆਂ ਨੂੰ ਵਸ ਕਰਿਆ ਹੋਏ। ਪਰ ਜਿਹੜੇ ਬੰਦਗੀ ਕਰਨ ਵਾਲੇ ਜਿਹਨਾਂ ਨੇ ਇਹਨੂੰ ਵਸ ਕਰ ਲਿਆ, ਉੱਥੇ ਫਿਰ ਇਹ ਨਾਗਣੀ ਨਹੀਂ ਰਹਿੰਦੀ, ਸਵਾਹ ਛੱਡ ਦਿੰਦੀ ਆ, ਉੱਥੇ ਫਿਰ ਕੀ ਕਰਦੀ ਹੈ ਬੜੋ ਦਾਤਰੀ ਹੋ ਕੇ ਘਰ ਕਮਾਵੇ ਮਾਇਆ ਸਾਧੂਆਂ
ਸਭ ਥਾਂ ਸਗਲ ਪਾਵਨ ਲੁਪਟਾਈ। ਕਹਿੰਦੇ ਕੋਈ ਥਾਂ ਐਸਾ ਨਹੀਂ ਹੈ ਇਹ ਬ੍ਰਹਿਮੰਡ ਦੇ ਅੰਦਰ ਕਰੋੜਾਂ ਬ੍ਰਹਿਮੰਡਾਂ ਦੇ ਜਿਹੜਾ ਮਾਇਆ ਨੇ ਨਾ ਜਿੱਤਿਆ ਹੋਵੇ। ਪਰ ਮਹਾਰਾਜ ਕਹਿੰਦੇ ਕਹੋ ਨਾਨਕ ਸਾਧ ਤੇ ਭਗ ਹੋਏ ਚਰਨ ਗਹੇ। ਚਰਨਾਂ ਨੂੰ ਚਿੰਬੜ ਗਈ ਵੀ ਮੇਰੇ ਤੇ ਸੇਵਾ ਲੈ ਲਓ, ਬਾਕੀ ਸੰਸਾਰ ਤਾਂ ਮੈਂ ਜਿੱਤ ਲਿਆ। ਗੁਰਮੁਖ ਕੋਈ ਗਾਲੂ ਦਿਨ ਦਲ ਮਲ ਲਾ ਲਾਈ ਪਾਏ, ਦਲ ਮਲ ਕੇ ਪੈਰ ਹੀ ਲਾ ਦੀਏ। ਸੋ ਇਹ ਬੇਅੰਤ ਮਸਾਲਾ ਮੈਂ ਸੁਣਾਉਂਦਾ ਹੁੰਦਾ ਸੀ। ਇੱਕ ਸੇਠ ਦੀ ਸੁਣਾਏ, ਕਬੀਰ ਸਾਹਿਬ ਦੀ ਗੱਲ ਕਰਨੀ, ਸਾਰਿਆਂ ਦੇ ਯਾਦ ਨੇ ਉਹ ਗੱਲਾਂ ਵਚਨ ਸਾਰੇ ਜਿੰਨੇ ਵੀ ਹੈ। ਸੋ ਕਿਸ ਤਰ੍ਹਾਂ ਨਾਲ ਜਿੱਤੀ ਜਾਂਦੀ ਹੈ? ਇੱਕ ਨੌਜਵਾਨ 17 ਸਾਲ ਦੀ ਉਮਰ, 1690 ਦੀ ਗੱਲ ਹੈ, ਅਤੇ ਬੈਣੀ ਸੀਗਾ ਉਹ ਬਰਮ ਭੱਟ। ਉਹ ਬੜਾ ਬਚਪਨ ਤੋਂ ਹੀ ਬੜਾ ਸੰਜੀਦਾ ਸੀ, ਹਰ ਗੱਲ ਨੂੰ ਬੜੀ ਸੰਜੀਦਗੀ ਨਾਲ ਲੈਂਦਾ। ਇੱਕ ਵਾਰੀ ਉਹਨੇ ਕੀ ਦੇਖਿਆ ਕਿ ਹਾਥੀ ਜਾ ਰਹੀ ਹੈ, ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਉਸ ਵੇਲੇ ਤਾਂ ਸਾਰੇ ਅਸੀਂ ਕਹਿ ਦਿੰਦੇ ਹਾਂ ਰਾਮ ਨਾਮ ਸੱਤ, ਹੱਥ ਨਹੀਂ ਸਮਝਦੇ। ਫਿਰ ਅਸੀਂ ਕਹਿੰਦੇ ਮੈਂ ਵੀ ਸੱਤ ਹਾਂ, ਰਾਮ ਨਾਮ ਤਾਂ ਆਈ ਨਹੀਂ ਮੇਰੇ ਕੋਲ, ਮੈਂ ਸੱਤ। ਅਸੀਂ ਆਪਣੇ ਆਪ ਨੂੰ ਸੱਤ ਨਹੀਂ ਕਦੇ ਵੀ ਸਮਝਦੇ। ਉਹ ਬੱਚੇ 'ਤੇ ਬਹੁਤ ਗਹਿਰਾ ਅਸਰ ਹੋ ਗਿਆ, ਗਹਿਰਾ ਹੋਇਆ ਤਾਂ ਉਹ ਸਤਸੰਗਾਂ 'ਚ ਜਾਣ ਲੱਗ ਗਿਆ, ਮਹਾਂਪੁਰਸ਼ਾਂ ਨੂੰ ਮਿਲਣ ਲੱਗ ਗਿਆ। ਜਿੱਥੇ ਵੀ ਸਤਸੰਗ ਹੋਵੇ ਉੱਥੇ ਪਹੁੰਚ ਜਾਵੇ। ਮਾਂ ਬਾਪ ਥੋੜ੍ਹੇ, ਮਾਂ ਬਾਪ ਹੈ ਨਹੀਂ ਸੀ ਵਿਚਾਰੇ ਦਾ, ਮਾਂ ਸੀ। ਉਸਨੇ ਕਹਿਣਾ ਬੇਟਾ ਤੂੰ ਕੰਮ ਕਰਿਆ ਕਰ, ਕੰਮ ਵੀ ਕਰਦਾ ਸੀ ਪਰ ਮਨ ਵਿੱਚ ਇਹ ਸੀ ਵੀ ਕਿਸੇ ਤਰੀਕੇ ਨਾਲ ਇਹ ਜੰਮਣ ਮਰਨ ਦਾ ਚੱਕਰ ਟੁੱਟ ਸਕਦਾ। ਟੋਲਦਾ ਫਿਰਦਾ ਕੋਈ ਵੀ ਸਾਧੂ ਹੁੰਦਾ, ਲੇਕਿਨ ਉਹਦੀ ਨਿਸ਼ਾ ਨਹੀਂ ਸੀ ਉਹਦੀ, ਕਿਉਂਕਿ ਨਿਸ਼ਾਨੀ ਸਾਧੂ ਦੀ ਹੈ, ਨਿਸ਼ਾਨੀ ਸਾਧਗੀ ਜਿਸ ਭੇਟ ਤਰੀ ਹੈ। ਜੇ ਇਹਨੂੰ ਮਿਲ ਕੇ ਤਰ ਜਾਵੇ ਬੰਦਾ, ਇਹ ਨਿਸ਼ਾਨੀ ਹੁੰਦੀ ਹੈ ਚੋਲੇ ਚਾਲੇ, ਨਿਸ਼ਾਨੀ ਸਾਧਾਂ ਦੀ ਨਹੀਂ ਹੁੰਦੀ, ਇਹਦਾ ਇੱਕ ਮਰਿਆਦਾ ਹੁੰਦੀ ਹੈ ਸਥਾਨਾਂ ਦੀ, ਉਹਦੇ ਮੁਤਾਬਕ ਹੁੰਦੇ ਨੇ। ਦੁਨੀਆ ਉਹਨਾਂ ਨੂੰ ਸੰਤ ਕਹਿਣ ਲੱਗ ਜਾਂਦੀ ਹੈ, ਪੂਜਣ ਲੱਗ ਜਾਂਦੀ ਹੈ, ਬੜੀ ਭਾਰੀ ਗਲਤੀ ਹੁੰਦੀ ਹੈ। ਸਾਧਨਾ ਸੰਪੰਨ ਜਿਹਨੂੰ ਬਰਮ ਗੋਸ਼ਟੀ, ਬਰਮ ਸਰੋਤਰੀ, ਬਰਮ ਦੇਖਣ ਵਾਲਾ, ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਭੇਖਾ ਏ ਕਿਸਮਿਨ ਕੋਏ ਨਾਨਕੇ ਲਿਛਣ। ਬਰਮ ਗਿਆਨੀ, ਬਰਮ ਗਿਆਨੀ ਕਹੋ, ਸਾਧੂ ਕਹੋ, ਸੰਤ ਕਹੋ, ਖਾਲਸਾ ਕਹੋ,
ਅੱਖਰਾਂ ਦਾ ਭੇਦ ਹੈ, ਗੱਲ ਇੱਕੋ ਹੀ ਹੈ। ਉਹ ਦੇਖਦਾ ਸੀ ਵੀ ਕੋਈ ਮਿਲ ਜਾਵੇ, ਕੋਈ ਪੂਰਾ ਮਿਲ ਜਾਵੇ। ਤਲਾਸ਼ ਕਿੰਨੀ ਰੱਖੀ ਗੁਰੂ ਬਾਬਾ ਅਮਰਦਾਸ ਜੀ ਨੇ, 20 ਵਾਰੀ ਗੰਗਾ ਦਾ ਇਸ਼ਨਾਨ ਕੀਤਾ। 60 ਸਾਲ ਦੀ ਉਮਰ ਵਿੱਚ ਲਗਨ ਲੱਗੀ ਵੀ ਮੈਂ ਕੋਈ ਸਾਧੂ ਟੋਲਣਾ ਜਿਹੜਾ ਮੈਨੂੰ ਸੰਸਾਰ ਤੋਂ ਪਾਰ ਕਰ ਦੇ। ਉਸ ਮੰਤਵ ਨਾਲ ਉਹ ਗੰਗਾ ਇਸ਼ਨਾਨ ਜਾਂਦੇ, ਉੱਥੇ ਸਾਧੂਆਂ ਦੇ ਦਰਸ਼ਨ ਕਰਦੇ, ਪਰ ਨਿਸ਼ਾ ਨਹੀਂ ਸੀ ਹੋ ਰਹੀ, ਕਿਤੇ ਤਸੱਲੀ ਨਹੀਂ ਸੀ ਹੋ ਰਹੀ, ਅੰਦਰ ਰਸ ਨਹੀਂ ਸੀ ਪੈਦਾ ਕਰ ਰਿਹਾ ਕਿਸੇ ਦਾ ਦਰਸ਼ਨ। ਇਸ ਕਰਕੇ ਨਾ ਕਾਇਮ ਹੋਇਆ ਰਹੇ। ਪਰ 71 ਸਾਲ ਦੀ ਉਮਰ 'ਚ ਗੁਰੂ ਅੰਗਦ ਸਾਹਿਬ ਨਾਲ ਮਿਲਾਪ ਹੋਇਆ। ਇਸ ਤਰ੍ਹਾਂ ਜਿਹੜੇ ਤੀਬਰ ਜਗਿਆਸਾ ਵਾਲੇ ਹੈ ਵੀ ਇਹ ਜਨਮ ਦੇ ਅੰਦਰ ਲੰਘ ਜਾਈਏ, ਉਹ ਪੰਦਰਾਂ ਦੀ ਪਰਵਾਹ ਨਹੀਂ ਕਰਦੇ। ਸੰਗਲ ਅਸੀਂ ਪਾਏ ਹੋਏ ਨੇ, ਜਿਹਨੇ ਤਰਨਾ ਉਹਨੇ ਤਰਨਾ ਹੀ ਹੈ, ਉਹਨੇ ਆਪਣੇ ਜਾਨ ਬਾਜ਼ੀ 'ਤੇ ਲਾਈ ਹੋਈ ਹੈ ਵੀ ਲੰਘ ਜਾਣਾ। ਉਹ ਕਿਸੇ ਬੰਦਿਸ਼ ਵਿੱਚ ਨਹੀਂ ਆਉਂਦਾ, ਜਿਹੜਾ ਉਹ ਕਹਿ ਦਿੰਦਾ ਉਹਦੀ ਬੰਦਿਸ਼ 'ਚ ਹੁੰਦਾ। ਫਿਰ ਜਿਹੜਾ ਮਿਲ ਜਾਵੇ ਪੂਰਾ ਰਸਮੀ ਬੰਦਨਾਂ 'ਚ ਨਹੀਂ ਹੁੰਦਾ। ਸੋ ਇੱਕ ਵਾਰੀ ਉਸਨੂੰ ਕਿਸੇ ਮਹਾਂਪੁਰਸ਼ ਦਾ ਮਿਲਾਪ ਹੋਇਆ ਜਿਹੜਾ ਪੂਰਾ ਸਤਿਗੁਰੂ ਸੀ। ਇਹ ਮਿਲਾਪ ਹੁੰਦਾ ਤਾਂ ਜੇ ਸਾਡੇ ਕਰਮ ਹੋਣ, ਨਹੀਂ ਮਿਲਾਪ ਨਹੀਂ ਹੁੰਦਾ, ਕੋਲੋਂ ਹੀ ਰਹਿ ਜਾਂਦਾ ਅਸਲੀ ਚੀਜ਼, ਕੋਲੋਂ ਹੀ ਲੰਘ ਜਾਂਦੀ ਹੈ, ਨਹੀਂ ਮਿਲਾਪ ਹੁੰਦਾ। ਜਿਹੜੇ ਨਾਲ ਰਹਿੰਦੇ ਨੇ, ਕੋਲ ਰਹਿੰਦੇ ਨੇ ਹਰ ਵਾਰ, ਉਹਨਾਂ ਨੂੰ ਨਹੀਂ ਹੁੰਦਾ, ਉਹਨਾਂ ਦੇ ਮਨ 'ਚ ਸ਼ਰਧਾ ਆਉਂਦੀ ਹੈ ਨਹੀਂ। ਇਸ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਖਬਰਦਾਰ ਕੀਤਾ ਹੋਇਆ। ਭਾਗਾਂ ਨਾਲ ਮਿਲ ਗਿਆ ਜੀ ਬੇਨੀ ਨੂੰ ਸਤਿਗੁਰ ਪੂਰਾ, ਭਾਗਾਂ ਨਾਲ ਮਿਲ ਗਿਆ ਜੀ ਬੇਨੀ ਆਹ
ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰੂ ਸੁੱਖ ਪਾਏ ਜੀ, ਪੂਰੇ ਭਾਗ ਬਣ ਪੂਰਨ ਕਰਮ ਕਰਮ ਅੰਕਰ ਜਾਂ ਪ੍ਰਗਟੇ ਭੇਟੋ ਪੁਰਖ ਰਸਕ ਬਹਿ ਰਾਗੀ ਮਿਟਿਓ ਅੰਧੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਏ ਜਾ। ਅਰਬਾਂ ਖਰਬਾਂ ਸਾਲਾਂ ਤੋਂ ਸਾਡੀ ਸੁਰਤ ਸੁੱਤੀ ਹੋਈ, ਸਤਿਗੁਰੂ ਦੇ ਬਿਨਾਂ ਨੂੰ ਕੋਈ ਜਗਾ ਨਹੀਂ ਸਕਦਾ ਸੁੱਤੀ, ਕਿਉਂਕਿ ਸਾਰਾ ਸੰਸਾਰ ਸੁੱਤਾ ਪਿਆ, ਸਾਰੇ ਸੰਸਾਰ ਦਾ ਲਿਟਰੇਚਰ ਸੁੱਤਾ ਪਿਆ। ਸਤਿਗੁਰੂ ਦੀ ਬਾਣੀ ਇਸੇ ਕਰਕੇ ਸੱਤ ਕਹੀ ਜਾਂਦੀ, ਇਹ ਜਗਾਉਂਦੀ ਹੈ। ਸੋ ਬੇੜੀ ਨੂੰ ਮਹਾਂਪੁਰਸ਼ਾਂ ਦਾ ਦਰਸ਼ਨ ਹੋਇਆ, ਤਸੱਲੀ ਆ ਗਈ ਮਨ ਵਿੱਚ। ਜਦੋਂ ਸਾਰੇ ਚਲੇ ਗਏ ਤਾਂ ਉਹਨਾਂ ਨੇ ਵੀ ਨਿਗਾਹ ਮਾਰੀ ਇਸ ਦੇ ਉੱਤੇ, ਅਤੇ ਜਗਿਆਸੂ ਤਾਂ ਪੂਰਾ ਲੱਗਦਾ। ਉਸ ਵੇਲੇ ਖੜਾ ਹੋ ਗਿਆ, ਕਹਿਣ ਲੱਗਿਆ ਵੀ ਮਹਾਰਾਜ ਮੈਂ ਬੜੀ ਦੇਰ ਤੋਂ ਮਹਾਂਪੁਰਸ਼ਾਂ ਦੀ ਤਲਾਸ਼ ਵਿੱਚ ਹਾਂ, ਪਰ ਮੇਰੀ ਨਿਸ਼ਾ ਨਹੀਂ ਸੀ ਹੋਈ। ਅੱਜ ਤੁਸੀਂ ਮੈਨੂੰ ਆਪਣੇ ਆਪਣੇ ਲੱਗ ਰਹੇ ਹੋ, ਜਿਵੇਂ ਆਪਣੇ ਜਨਮਾਂ ਜਨਮਾਂਤਰਾਂ ਦੀ ਸਾਂਝ ਹੁੰਦੀ ਹੈ। ਕਹਿਣ ਲੱਗੇ ਨੌ ਕੀ ਹੈ? ਕਹਿੰਦੇ ਜੀ ਬੇਣੀ ਕਹਿੰਦੇ ਨੇ ਕਾਰੋਬਾਰ, ਕਹਿੰਦੇ ਬ੍ਰਾਹਮਣ ਹੈਗੇ, ਬ੍ਰਾਹਮਣ ਵਾਲਾ ਜਿਹੜਾ ਕੰਮ ਹੁੰਦਾ ਉਹ ਅਸੀਂ ਕਰਦੇ ਹਾਂ। ਛੇ ਕੰਮ ਹੁੰਦੇ ਨੇ ਬ੍ਰਾਹਮਣਾਂ ਦੇ, ਵੇਦ ਪੜ੍ਹਨੇ, ਵੇਦ ਪੜ੍ਹਾਉਣੇ, ਜੱਗ ਕਰਨਾ, ਜੱਗ ਕਰਾਉਣਾ। ਆ ਜੱਗ ਰੋਟੀਆਂ ਵਾਲਾ ਨਹੀਂ ਹੁੰਦਾ, ਇੱਥੇ ਸਾਡੇ ਇੰਗਲਿਸ਼ ਵਾਲੇ ਨੇ ਲਿਖਤਾ ਫੀਸਟ ਲਿਖਦੀ ਕਰਨੀ, ਸੈਕਰੀਫਾਈਸ ਫੀਸਟ, ਜੱਗ ਇਹ ਨਹੀਂ ਹੁੰਦੇ ਹੁੰਦੇ। ਜੱਗ ਤਾਂ ਪੂਰੀ ਵਿਧੀ ਨਾਲ ਕੀਤਾ ਜਾਂਦਾ, ਔਰ ਬਹੁਤ ਬਹੁਤ ਦੇਰ ਚੱਲਦਾ, ਜਦ ਤੱਕ ਮੰਤਵ ਪੂਰਾ ਨਾ ਕਰ ਲਏ ਉਨੀ ਦੇਰ ਤੱਕ ਹੁੰਦਾ ਹੈ ਉਹ ਜੱਗ। ਹਰੇਕ ਨੂੰ ਨਹੀਂ ਮਤਲਬ, ਉਹਨੂੰ ਕਰਾਇਆ ਜਾਂਦਾ, ਗਾਈਡ ਹੁੰਦਾ ਉਹਦੇ ਵਿੱਚ, ਮੰਤਰ ਵਗੈਰਾ ਹੁੰਦੇ ਨੇ, ਹੋਤੀਆਂ ਦੇਣੀਆਂ ਹੁੰਦੀਆਂ, ਫਿਰ ਕਿਤੇ ਜਾ ਕੇ ਜੱਗ ਸੰਪੂਰਨ ਹੁੰਦਾ। ਇਹ ਰੋਟੀ ਪਾਣੀ ਵਾਲੇ ਜੱਗ ਦਾ ਪਤਾ ਨਹੀਂ ਕਿਹਨੇ ਬਣਾ ਲਿਆ, ਵੀ ਇਹਨੂੰ ਵੀ ਜੱਗ ਕਹਿਣ ਲੱਗ ਗਏ। ਉਹ ਸਾਡੇ ਵੀ ਇਹ ਲਿਖ ਦਿੱਤਾ ਇੰਗਲਿਸ਼ ਦੀ, ਮੈਂ ਪੜ੍ਹੀ ਸੀ, ਇੱਕੋ ਲਾਈਨ ਮੈਂ ਦੇਖੀ, ਮੈਂ ਕਿੱਡੀ ਗਲਤ ਹੈ, ਤੂੰ ਛਪ ਗਈ ਚਲੀ ਗਈ ਦੁਨੀਆ ਭਰ 'ਚ। ਉਹ ਹੁਣ ਉਹ ਅਨੁਭਵ ਨਹੀਂ ਹੈ, ਅਨੁਭਵ ਨਾ ਹੋਣ ਕਰਕੇ ਜੇ ਤਾਂ ਸਤਸੰਗ ਕਰਦੇ ਹੋਣ ਫਿਰ ਤਾਂ ਹੁੰਦਾ ਅਨੁਭਵ, ਕਿਤਾਬਾਂ ਪੜ੍ਹੀ ਹੋਈਆਂ ਕੋਰੇ ਵਿਦਵਾਨ ਨੇ, ਅਨੁਭਵ ਹੀ ਨਹੀਂ ਹੈ ਜੀ, ਨਹੀਂ ਪਤਾ ਹੋਵੇ। ਕਿਉਂਕਿ ਮਹਾਰਾਜ ਨੇ ਕਿਹਾ ਸਤਿਯੁਗ ਸਤ ਤ੍ਰੇਤੇ ਜਗ, ਵੀ ਰੋਟੀਆਂ ਖਿਲਾਉਣ ਲੱਗ ਕੇ ਜਾਨਵਰ ਮਾਰ ਮਾਰ ਕੇ ਸਤ ਟੋਪ ਤ੍ਰੇਤੇ ਦੇ ਬੰਦੇ। ਉਹ ਜੱਗ ਕਰਦੇ ਸੀ, ਸਾਧਨ ਕਰਦੇ ਸੀ, ਤਪ ਕਰਦੇ ਸੀ, ਸਵਾਇ ਅਧਿਆਇ ਕਰਦੇ ਸੀ, ਬੜੀ ਬੜੀ ਦੇਰ ਤੱਕ ਬੇਅੰਤ ਤਰੀਕੇ ਸੀ ਜੱਗ ਕਰਨ ਦੇ। ਕਿਤੇ ਅੱਗ ਜਾਲੀ ਜਾਂਦੀ ਸੀ ਕਿਸੇ ਥਾਂ ਦੇ ਉੱਤੇ, ਬਰਫਾਂ 'ਚ ਜਾ ਕੇ ਬੈਠ ਕੇ, ਕਿਤੇ ਗੁਫਾਵਾਂ 'ਚ ਬੈਠ ਕੇ, ਉਹ ਜੱਗ ਹੁੰਦਾ। ਕੋਈ ਬਾਣੀ ਦਾ ਸ਼ਬਦ ਦਾ ਜੱਗ ਕਰ ਰਿਹਾ, ਸਾਲਾਂ ਵਧੀ ਸ਼ਬਦ ਦਾ ਜਾਪ ਕਰ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਉਹ ਜੱਗ ਜਿਹੜਾ ਹੋਰ ਚੀਜ਼ ਹੈ। ਬੇੜੀ ਨੇ ਕਿਹਾ ਕਿ ਮਹਾਰਾਜ ਮੈਂ ਬੜੀ ਤਲਾਸ਼ ਕਰੀ ਹੈ ਪਰ ਮੈਨੂੰ ਕੋਈ ਪੂਰਾ ਨਹੀਂ ਮਿਲ ਸਕਿਆ। ਮੇਰੀ ਬੇਨਤੀ ਹੈ, ਮੈਨੂੰ ਜਪਣ ਮਰਨ ਤੋਂ ਬਹੁਤ ਡਰ ਲੱਗ ਰਿਹਾ, ਆਪਦੀ ਮੈਂ ਸ਼ਰਨ ਆਇਆ, ਉਹਨੂੰ ਧਿਆਨ ਨਾਲ ਸਰਵਣ ਕਰੋ। ਦੁੱਖ ਰਾਮ ਰਾਜੇ ਹਾਂ ਤੋ ਮੇਰਾ
ਹੇ ਪ੍ਰਭੂ ਆਪ ਮੈਨੂੰ ਇੱਕ ਬਹੁਤ ਵੱਡਾ ਦੁੱਖ ਸਾਹਮਣੇ ਨਜ਼ਰ ਆ ਰਿਹਾ, ਉਹ ਇਹ ਕਿ ਮੈਂ ਵਾਰ 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 ਗਰਭ ਦੇ ਵਿੱਚ ਪੁੱਠਾ ਲੜਦਾ, ਬੇਅੰਤ ਕਿਸਮ ਦੇ ਮੈਨੂੰ ਸਰੀਰ ਮਿਲਦੇ ਨੇ, ਕਦੇ ਘੋੜੇ ਦਾ ਮਿਲ ਗਿਆ, ਕਦੇ ਖੱਚਰ ਦਾ ਮਿਲ ਗਿਆ, ਕਦੇ ਸੱਪ ਦਾ ਮਿਲ ਗਿਆ, ਕਦੇ ਕੁੱਤੇ ਦਾ ਮਿਲ ਗਿਆ। ਕਿੰਨੀ ਦੇਰ ਤੋਂ ਮੈਂ ਦੁਖੀ ਹਾਂ ਨਾ ਪੁੱਛੋ, ਮੈਂ ਨਹੀਂ ਦੱਸ ਸਕਦਾ, ਇਹਨੂੰ ਕੋਈ ਵੀ ਨਹੀਂ ਦੱਸ ਸਕਦਾ, ਕੋਈ ਨਹੀਂ ਦੱਸ ਸਕਦਾ ਵੀ ਕਾਤੋਂ ਤੂੰ ਚੱਲਿਆ ਹੋਇਆ, ਸੁਣ ਰਹੇ ਤੂੰ ਕੌਣ ਕਾਂ ਤੇ ਆਇਓ, ਇਹ ਤੀਨਾ ਜਾਣੀ ਕਿ ਇੱਥੇ ਉਦੋਂ ਚਾਹਤੇ ਖਬਰ ਨਾ ਪਾਇਓ, ਤੈਨੂੰ ਨਹੀਂ ਪਤਾ ਤੂੰ ਕਿੰਨੀ ਦੇਰ ਦਾ ਸਫ਼ਰ ਕੱਟ ਰਿਹਾ, ਜਿਹੜਾ ਤੈਨੂੰ ਹੁਣ ਸਰੀਰ ਪ੍ਰਾਪਤ ਹੋਇਆ ਇਹਦਾ ਥੋੜ੍ਹੀ ਦੇਰ ਵਾਸਤੇ ਹੈ ਪਿਆ ਰਿਹਾ, ਇਹ ਲੰਘ ਜਾਣਾ। ਜੇ ਤਾਂ ਜਿਉਂਦੇ ਜਿਉਂਦੇ ਇਹ ਸਰੀਰ ਦੇ ਅੰਦਰ ਦੁੱਖ ਕੱਟ ਲਿਆ ਤਾਂ ਤੂੰ ਜਿੱਤ ਗਿਆ, ਜੇ ਨਾ ਕੱਟ ਸਕਿਆ ਫਿਰ ਉਹੀ ਚੱਕਰ ਦੇ ਅੰਦਰ। ਵੱਡੇ ਵੱਡੇ ਮਹਾਤਮਾ ਮੈਨੂੰ ਮਿਲਦੇ ਨੇ, ਉਹ ਜਾਂ ਸੰਤ ਮਿਲਦੇ ਨੇ, ਗੱਲ ਲੁਕੋ ਕੇ ਨਹੀਂ ਦੱਸਦੇ ਹੁੰਦੇ, ਹੋਰ ਤਾਂ ਕਿਸੇ ਕੋਲ ਗੱਲ ਕਰ ਨਹੀਂ ਸਕਦੇ, ਆਪਸ ਵਿੱਚ ਕਰ ਲੈਂਦੇ। ਉਹ ਕਹਿੰਦੇ ਸਾਰਾ ਕੁਛ ਕਰ ਲਿਆ, ਮੇਰਾ ਨਾਂ ਬੜਾ, ਦੁਨੀਆ ਮੈਨੂੰ ਪੂਜਦੀ ਹੈ, ਅੰਤਰ ਜਾਮੀ ਕਹਿੰਦੇ ਨੇ, ਸਰਵ ਕਲਾ ਸਮਰੱਥ ਕਹਿੰਦੇ ਨੇ, ਜੋ ਵਿਸ਼ੇਸ਼ਣ ਨਹੀਂ ਦੇਣਾ ਉਹ ਵੀ ਦਿੰਦੇ, ਪਰ ਮੈਂ ਕਰਾਂ ਜੀ ਅਜੇ ਆਤਮ ਸਾਕਸ਼ਾਤਕਾਰ ਨਹੀਂ ਹੋਇਆ, ਬੜਾ ਭਾਰਾ ਦੁੱਖ ਹੈ, ਸਾਰੀ ਜ਼ਿੰਦਗੀ ਲਾਉਣ ਤੋਂ ਬਾਅਦ ਵੀ ਅਜੇ ਕਿਸੇ ਕਿਨਾਰੇ ਨਹੀਂ ਪਹੁੰਚੇ। ਮੈਂ ਕਿਹਾ ਫਿਰ, ਕਹਿੰਦੇ ਹੁਣ ਤਾਂ ਅਗਲਾ ਜਨਮ ਲੈਣਾ ਹੀ ਪੈਣਾ। ਮੈਂ ਕਿਹਾ ਅਗਲੇ ਜਨਮ ਦੇ ਅੰਦਰ ਬੜੀ ਭਾਰੀ ਤਕਲੀਫ ਆਉਣੀ ਹੈ, ਕਲਯੁਗ ਆ ਰਿਹਾ, ਜਨਮ ਦਿਨ ਵੱਧ ਰਿਹਾ, ਸਤਿਗੁਰੂ ਦਾ ਮਿਲਾਪ ਕਿਵੇਂ ਹੋਏਗਾ, ਹਰ ਥਾਂ ਦੇ ਉੱਤੇ ਕੂੜ ਦਾ ਵਰਤਾਰਾ ਹੋ ਗਿਆ। ਗੁਰੂ ਸਾਹਿਬ ਨੇ ਤਾਂ 500 ਸਾਲ ਉਸ ਵੇਲੇ ਕਿਹਾ ਆਪਾਂ ਤਾਂ ਵੱਡਾ ਕਿ ਕੂੜ ਵਿੱਚ ਰਹਿੰਦੇ, ਮੇਰੇ ਰਾਮ ਰਾਏ ਇੱਕ ਦੁੱਖ ਘੱਟ ਹੋ ਗਿਆ, ਅਗਨ ਦਾਇਰ ਗਰਭ ਸੀ, ਬੜਾ ਉੱਚਾ ਸਵਾਲ ਸੀ। ਉਹਨੇ ਇਹ ਨਹੀਂ ਮੰਗਿਆ ਮੇਰੀ ਗਰੀਬੀ ਘੱਟ ਦਿਓ, ਮੈਂ ਬਿਮਾਰ ਹਾਂ ਜੀ ਮੇਰੀ ਬਿਮਾਰੀ ਘੱਟ ਦਿਓ, ਮੈਨੂੰ ਚਿੰਤਾ ਜੀ ਮੇਰੇ ਘਰ ਔਲਾਦ ਨਹੀਂ ਹੋਈ ਔਲਾਦ ਦੇ ਦਿਓ, ਕਿਉਂਕਿ ਪਤਾ ਨਹੀਂ ਹੈ ਵੀ ਸੰਤਾਂ ਦੇ ਕੀ ਮੰਗਣਾ, ਸੰਤਾਂ ਦੇ ਤਾਂ ਸਿਰੇ ਦੀ ਗੱਲ ਮੰਗੀ ਜਾਂਦੀ ਹੈ। ਉਸ ਵੇਲੇ ਇਹਨੂੰ ਪੂਰਨ ਜਗਿਆਸੂ ਜਾਣ ਕੇ ਸਤਸੰਗ ਕਰਨ ਦੀ ਇਜਾਜ਼ਤ ਦੇ ਤੀ। ਹੌਲੀ ਹੌਲੀ ਇੱਕ ਦਿਨ ਮੌਕਾ ਪਾ ਕੇ ਜਗਿਆਸਾ ਤੱਕ ਕੇ ਉਸਦੀ ਕਹਿਣ ਲੱਗੇ, ਬੇਣੀ ਗੱਲ ਨੂੰ ਜਿੰਨੀ ਦੇਰ ਤੱਕ ਸਮਝ ਨਹੀਂ ਲੈਂਦੇ ਨਾ ਉਨੀ ਦੇਰ ਤੱਕ ਦੁੱਖ ਨਹੀਂ ਕੱਟਣਾ, ਦੁੱਖ ਬਹੁਤ ਨੇ ਸਾਥ ਜੀ। ਬੜੇ ਸਿਆਣੇ ਲੋਕ, ਸ਼ਾਸਤਰ ਬਣਾਉਣ ਵਾਲੇ ਵੱਡੇ ਵੱਡੇ ਫਿਲਾਸਫਰ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਦੁੱਖ ਕਿੱਥੋਂ ਆਇਆ, ਦੁੱਖ ਕਿਉਂ ਆ ਜਾਂਦਾ ਹੈ। ਤੋ ਜਦ ਅਸੀਂ ਇਹ ਸੁਣਦੇ ਹਾਂ ਧਿਆਨ ਨਾਲ ਸੁਣੇ ਹੋਏ ਗੱਲ ਵੀ ਸਾਡਾ ਹੈਗਾ ਆਤਮ ਸਰੂਪ, ਆਤਮਾ ਵਿੱਚ ਦੁੱਖ ਨਹੀਂ ਹੈ, ਸਦਾ ਖੇੜਾ, ਸੱਤ ਚਿੱਤ ਆਨੰਦ ਭਿਰਿਆ, ਚਾਰ ਚੀਜ਼ਾਂ ਉਹਦੇ 'ਚ ਰਹਿੰਦੀਆਂ ਨੇ, ਉਹ ਦੁੱਖ ਨਹੀਂ ਉਹਨੂੰ ਕਦੇ ਵੀ ਹੁੰਦਾ ਆਤਮਾ ਨੂੰ। ਫਿਰ ਇਹ ਦੁੱਖ ਆ ਕਿੱਥੋਂ ਜਾਂਦਾ? ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਇਹ ਤਾਂ ਦੱਸੋ ਵੀ ਦੁੱਖ ਕਿੱਥੋਂ ਆ ਗਿਆ, ਇਹ ਸੰਸਾਰ ਕਿਵੇਂ ਬਣ ਗਿਆ ਸੀਗਾ ਪਰਮੇਸ਼ਰ ਤੁਹਾਡੇ? ਉਹ ਤਾਂ ਤੁਸੀਂ ਮੰਨਦੇ ਇਸ ਗੱਲ ਨੂੰ, ਉਹਨਾਂ ਦੀ ਮਤ ਹੋਰ ਸੀ, ਉਹਨਾਂ ਉਹ ਵੀ ਆਪਣੀ ਗੱਲ ਦੇ ਉੱਤੇ ਦਿੜ੍ਹ ਸੀ। ਦੁੱਖ ਨਾਲ ਚਾਰ ਗੱਲਾਂ ਸੰਬੰਧ ਰੱਖਦੀਆਂ,
ਪਹਿਲੀ ਤਾਂ ਗੱਲ ਇਹ ਹੈ ਵੀ ਦੁੱਖ ਦੀ ਉਪਜ ਕੀ ਹੈ, ਕਿੱਥੋਂ ਆਉਂਦਾ ਦੁੱਖ। ਦੂਸਰਾ ਇਹਦਾ ਸਰੂਪ ਕੀ ਹੈ, ਸਰੂਪ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ, ਪੈਰ 'ਤੇ ਸੱਟ ਲੱਗੇ ਦੁੱਖ ਹੋ ਗਿਆ ਮਹਿਸੂਸ ਕਰਦੇ ਹਾਂ, ਕਿਸੇ ਦੀ ਇਨਸਲਟ ਹੋ ਜਾਵੇ ਉਹ ਦੁੱਖ ਮਹਿਸੂਸ ਕਰਦਾ। ਗੁਰੂ ਸਾਹਿਬ ਨੇ ਚਾਰ ਵੱਡੇ ਦੁੱਖ ਦੱਸੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜੰਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ ਬੈਰ ਨਾ ਭੁੱਲਾ ਤਾਂ। ਚਾਰ ਦੁੱਖ ਕਿੰਨੇ ਨੇ ਮਹਾਰਾਜ ਇੰਨੇ ਵੱਡੇ ਵੱਡੇ, ਇਲਾਜ ਸਾਰਿਆਂ ਦਾ ਇੱਕੋ ਹੀ, ਇੱਕੋ ਦਵਾਈ ਦਿੱਤੀ ਹੈ ਮਹਾਰਾਜ ਨੇ, ਇੱਕੋ ਇਲਾਜ। ਫਿਰ ਦੁੱਖ ਦਾ ਸਰੂਪ ਕੀ ਹੈ, ਦੁੱਖ ਦੀ ਉਪਜ ਕਿਸ ਥਾਂ ਤੋਂ ਹੁੰਦੀ ਹੈ, ਉਤਪਤੀ ਦਾ ਕਾਰਨ ਕੀ ਹੈ ਦੁੱਖ ਦਾ, ਇਹ ਦੁੱਖ ਦਾ ਭਾਵ ਕਿਵੇਂ ਹੋਵੇ, ਦੁੱਖ ਦੂਰ ਕਰਨ ਦਾ ਸਾਧਨ ਕਿਹੜਾ। ਚਾਰ ਸਵਾਲ ਨੇ ਬੜੇ ਜ਼ਬਰਦਸਤ, ਸਾਡੇ ਜਿਹੜੇ ਪੂਰਵਜ ਸੀ ਉਹਨਾਂ ਸਾਰਿਆਂ ਨੇ ਵਿਚਾਰੇ ਨੇ। ਫਿਲਾਸਫੀ ਦੀ ਗੱਲ ਮੈਂ ਕਰਨ ਲੱਗਿਆ, ਥੋੜ੍ਹੀ ਜਿਹੀ ਔਖੀ ਹੈ। ਉਹ ਇਹ ਵੀ ਦੁੱਖ ਵਾਹਿਗੁਰੂ ਵਿੱਚ ਤਾਂ ਦੁੱਖ ਹੈ ਨਹੀਂ, ਵਾਹਿਗੁਰੂ ਤਾਂ ਸਾਰੀ ਦੁਨੀਆ ਕਹਿੰਦੇ ਨੇ ਵੀ ਸੱਤ ਚਿੱਤ ਆਨੰਦ ਪਿਰਿਆ ਪਿਰਿਆ ਸੀ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਨੇ ਇਹਨੂੰ ਦਿੱਤਾ, ਜਤਰ ਤਤਰ ਦਿਸ਼ਾ ਦਿਸ਼ਾ ਫੈਲੇ ਅਨੁਰਾਗ, ਵਾਹਿਗੁਰੂ ਪਿਆਰ ਹੈ। ਸਭ ਤੋਂ ਪਹਿਲਾਂ ਕਹਿੰਦੇ ਸੀ ਵੀ ਉਹਦੇ ਤਿੰਨ ਨੇ, ਇੱਕ ਤਾਂ ਉਹ ਸੱਤ ਆ ਉਹਦਾ ਕਦੇ ਨਾਸ਼ ਨਹੀਂ ਹੁੰਦਾ, ਇੱਕ ਉਹ ਚੇਤਨ ਹੈ ਸਭ ਕੁਝ ਜਾਣਦਾ, ਕੋਈ ਗਿਆਨ ਉਹਨੂੰ ਕਿਤੋਂ ਲੈਣ ਦੀ ਲੋੜ ਨਹੀਂ, ਸਭ ਕੁਝ ਆਪੇ ਹੀ ਆਪ। ਇੱਕ ਉਹ ਬਲਿਸ ਹੈ, ਬਲਿਸ ਆਨੰਦ, ਉਸ ਕਪੈਸਿਟੀ ਦਾ ਜਿੱਥੇ ਗਾਂ ਇੱਕ ਡਰੋਪ ਵੀ ਨਾ ਪੈ ਸਕੇ, ਹੋਰ ਲੈ ਫਿਰ ਉੱਥੇ ਦੁੱਖ ਕਿੱਥੋਂ ਆ ਗਿਆ। ਦੁੱਖ ਕਿਸ ਥਾਂ 'ਤੇ ਆ ਗਿਆ, ਦੁੱਖ ਮਹਿਸੂਸ ਕੌਣ ਕਰਦਾ ਹੈ। ਜੇ ਤੁਸੀਂ ਕਹਿੰਦੇ ਹੋ ਵੀ ਮੈਂ ਜੀਵ ਆਤਮਾ, ਮੇਰਾ ਅਸਲਾ ਤਾਂ ਆਤਮਾ ਹੈ, ਇਹ ਮੈਂ ਆਪਣੇ ਸੁਭਾਅ ਨਾਲ ਵਰਤਣਾ, ਫਿਰ ਦੁੱਖ ਮਹਿਸੂਸ ਕੌਣ ਕਰਦਾ। ਉਹਨਾਂ ਨੇ ਇਹ ਵਿਚਾਰ ਕਰੀ ਵੀ ਵਾਹਿਗੁਰੂ ਵਿੱਚ ਤਾਂ ਦੁੱਖ ਹੈ ਨਹੀਂ, ਲੇਕਿਨ ਸੰਸਾਰ ਵਿੱਚ ਦੋ ਤੱਤ ਹੋਰ ਹੈਗੇ, ਮੰਨ ਲਓ ਇਸ ਗੱਲ। ਇੱਕ ਤਾਂ ਇਹ ਹੈ ਵੀ ਪ੍ਰਕਿਰਤੀ ਹੈ ਜਿਹੜੀ ਨਾ ਜੜ ਅਤੇ ਦੁੱਖ ਰੂਪ ਹੈ, ਦੁੱਖ ਹੈ ਉਹਦੇ ਸਾਰੇ ਪ੍ਰਕਿਰਤੀ 'ਚ ਜੜ ਹੈ। ਹੁਣ ਪ੍ਰਕਿਰਤੀ ਦੇ ਵਿੱਚ ਤਾਂ ਜੜ ਦੇ ਦੁੱਖ ਰੂਪ ਹੈ, ਉਹ ਜਿਹੜੀ ਆਪ ਹੈ ਦੁੱਖ ਰੂਪ ਆ, ਉਹਨੇ ਦੁੱਖ ਕੀ ਮੰਨਣਾ, ਦੁੱਖ ਤਾਂ ਉਹਨੇ ਮੰਨਣਾ ਜਿਹਨੂੰ ਚਿੰਬੜਿਆ ਦੁੱਖ ਆ ਕੇ। ਉਹ ਕਹਿੰਦੇ ਉਹ ਤੀਸਰਾ ਤੱਤ ਹੈ, ਉਹ ਜੀਵ ਹੈ, ਸਾਡੇ ਵੀ ਮੰਨਦੇ ਨੇ, ਗੁਰੂ ਸਾਹਿਬ ਨਹੀਂ ਮੰਨਦੇ, ਸਾਡੇ ਵਿਦਵਾਨ ਲੋਕ ਮੰਨਦੇ ਨੇ, ਇਹ ਮੰਨਦੇ ਨੇ ਵੀ ਮੈਂ ਗੁਰੂ ਸਾਹਿਬ ਕੋਲ ਜਾਵਾਂ ਮੇਰਾ ਵਜੂਦ ਅੱਡ ਹੋਵੇ, ਮੈਂ ਦੇਖਾਂ ਮੈਨੂੰ ਸੁੱਖ ਹੋ ਜਾਵੇ, ਕਿਉਂਕਿ ਅਗਿਆਨ ਬਹੁਤ ਹੈ, ਐਡਾ ਲੰਮਾ ਹਨੇਰਾ ਦੂਰ ਕਰਨਾ ਬੜਾ ਔਖਾ ਹੈ। ਹੁਣ ਇਹਨਾਂ ਨੇ ਤਿੰਨ ਤੱਤ ਮੰਨ ਲਏ ਵੀ, ਇੱਕ ਤਾਂ ਵਾਹਿਗੁਰੂ ਤੱਤ ਹੈ ਚੇਤਨ, ਦੂਸਰਾ ਹੈ ਜੜ ਪ੍ਰਕਿਰਤੀ ਮੈਟਰ ਮਾਇਆ ਜਿਹਨੂੰ ਕਹਿੰਦੇ ਨੇ, ਇਹ ਹੈ ਦੁੱਖ ਰੂਪ, ਛਿਨ ਭੰਗਰ ਹੈ। ਛਿਨ ਭੰਗਰ ਉਹਨੂੰ ਕਹਿੰਦੇ ਨੇ ਜਿਹੜਾ ਮੈਂ ਬੋਲਦਾ ਨਾ, ਇੱਕ ਸਕਿੰਟ ਬੋਲਦਾ ਮੈਂ, ਇੱਕ ਸਕਿੰਟ ਦੇ ਕਰੋੜਵੇਂ ਹਿੱਸੇ 'ਚ ਵੀ ਜਿਹਦੇ 'ਚ ਪਰਿਵਰਤਨ ਹੋ ਰਿਹਾ, ਉਦੋਂ ਵੀ ਗਾਂ ਜਿਹੜਾ ਹੈ ਉਹਦੇ 'ਚ ਵੀ ਪਰਿਵਰਤਨ ਹੋ ਰਿਹਾ, ਜਿਹਦੇ 'ਚ ਪਰਿਵਰਤਨ ਹੋ ਜਾਂਦੀ ਹੈ, ਅਦਲੀ ਬਦਲੀ ਹੁੰਦੀ ਹੈ, ਉਹ ਸਟਿਲ ਚੀਜ਼ ਹੈ ਨਹੀਂ, ਉਹ ਦੁੱਖ ਹੈ। ਜਿਹੜਾ ਵਾਹਿਗੁਰੂ ਇਹਦੇ 'ਚ ਕੋਈ ਪਰਿਵਰਤਨ ਨਹੀਂ ਹੋ ਰਿਹਾ, ਇਹ ਚੱਲ ਹੈ, ਗਤੀਸ਼ੀਲ ਹੈ, ਗਤੀ ਨਹੀਂ ਹੈ ਇਹਦੀ, ਗਤੀ ਰਹਿਤ ਹੈ, ਹਰ ਥਾਂ ਪਰਿਪੂਰਨ ਹੈ।
ਸੋ ਜੜ ਦੇ ਵਿੱਚ ਪ੍ਰਕਿਰਤੀ ਦੇ ਵਿੱਚ ਦੁੱਖ ਆ ਗਿਆ। ਹੁਣ ਦੁੱਖ ਪ੍ਰਕਿਰਤੀ ਦਾ ਆਪ ਹੀ ਦੁੱਖ ਰੂਪ ਹੈ, ਉਹਨੂੰ ਤਾਂ ਸੁੱਖ ਦਾ ਭਾਵ ਇਹ ਨਹੀਂ ਹੈ, ਪਤਾ ਹੀ ਨਹੀਂ ਹੈ ਵੀ ਸੁੱਖ ਕੀ ਹੁੰਦਾ। ਹੁਣ ਸੁੱਖ ਮੰਨਦਾ ਕੌਣ ਹੈ? ਕਹਿੰਦੇ ਤੀਸਰਾ ਤੱਤ ਹੋਵੇ, ਉਹ ਹੈ ਜੀਵ। ਜੀਵ ਦੁੱਖ ਮੰਨਦਾ, ਲੇਕਿਨ ਗੁਰੂ ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਇਹ ਗੱਲ 'ਚ ਨਾ ਪਾਓ। ਇਹ ਗੱਲ ਗੋਰਖਨਾਥ ਨਾਲ ਗੁਰੂ ਮਹਾਰਾਜ ਨੇ ਬੜੀ ਡਿਟੇਲ ਨਾਲ ਕੀਤੀ ਸੀ। ਗੋਰਖ ਨੇ ਫਿਰ ਸਵਾਲ ਕਰਿਆ ਵੀ ਸੱਚੇ ਪਾਤਸ਼ਾਹ ਤੂੰ ਹੇ ਨਾਨਕ, ਤੂੰ ਇਹ ਕਹਿੰਦਾ ਵੀ ਇੱਥੇ ਪਰਮੇਸ਼ੁਰ ਤੋਂ ਬਗੈਰ ਹੋਰ ਕੋਈ ਨਹੀਂ, ਆ ਸੰਸਾਰ ਕਿੱਥੋਂ ਬਣ ਗਿਆ? ਦੁੱਖਾਂ ਦਾ ਭਰਿਆ ਹੋਇਆ, ਬੇਈਮਾਨ, ਤੇਅਰਦਾਸ, ਕਾਮ ਗਰੋਹ, ਲੋਭ ਮੋਹ ਕਰ, ਕਿੰਨੀਆਂ ਗੱਲਾਂ ਇਹਦੇ 'ਚ ਮਾੜੀਆਂ ਨੇ, ਇਹ ਕਿੱਥੋਂ ਆ ਗਈ? ਫਿਰ ਦੁੱਖ ਦਾ ਇਲਾਜ ਤੇਰੇ ਕੋਲ ਕੀ ਹੈ? ਮਹਾਰਾਜ ਕਹਿੰਦੇ ਦੇਖੋ, ਮੋਟੀ ਮਿਸਾਲ, ਸੂਰਜ ਸ਼ਹਿਰ ਦਾ ਮਹੀਨਾ, ਸੂਰਜ ਤਪਿਆ ਹੋਇਆ, ਪਾਲਾ ਲੱਗ ਰਿਹਾ, ਸੂਰਜ ਦੇ ਸਾਹਮਣੇ ਆ ਜਾਓ, ਜੇ ਸਾਹਮਣੇ ਤੋਂ ਹਟ ਜਾਓਗੇ ਫਿਰ ਮੁੜ ਕੇ ਪਾਲਾ ਲੱਗਣ ਲੱਗ ਜਾਏਗਾ। ਇਸੇ ਤਰ੍ਹਾਂ ਦੇ ਨਾਲ ਜਿਸ ਵਕਤ ਸਾਡੀ ਸੁਰਤ ਪਰਮੇਸ਼ੁਰ ਤੋਂ ਟੁੱਟ ਜਾਏਗੀ, ਉਸ ਵੇਲੇ ਦੁੱਖ ਸ਼ੁਰੂ ਹੋ ਜਾਏਗਾ। ਮਹਾਰਾਜ ਦਾ ਜਿਹੜਾ ਸਵਾਲ ਸੀ ਇਸ ਤਰ੍ਹਾਂ ਹੈ, ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿੰਦ ਸੁਜਾਏ। ਇਹ ਸੂਤਰ ਰੂਪ 'ਚ ਹੋਇਆ ਕਹਿੰਦੇ ਆ, ਵਿਆਖਿਆ ਦੀ ਬਹੁਤ ਲੰਮੀ ਹੁੰਦੀ ਹੈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਲੋਕ ਪਾਏ, ਕਿਉਂਕਿ ਹਉਮੈ ਨੇ ਨਾਮ ਨੂੰ ਭੁਲਾ ਦੇਣਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ। ਇਹ ਹਉਮੈ ਇੱਕ ਦੀਵਾਰ ਹੈ ਪਰਮੇਸ਼ੁਰ ਦੇ ਸਾਡੇ ਵਿਚਾਰੇ, ਪਰਮੇਸ਼ੁਰ ਵੀ ਇੱਥੇ ਹੀ ਰਹਿੰਦਾ ਅੰਦਰ। ਤਨ ਪਿਰਕਾ ਇੱਕ ਹੀ ਸੰਗ ਪਾਤਸ਼ਾਹ, ਵਿੱਚ ਹਉਮੈ ਬੀਜ ਕਰਾਰੀ, ਦੋਏ ਇੱਕ ਮੰਜੇ 'ਤੇ ਨੇ, ਇੱਕ ਕਰਾਰੀ ਕੰਧ ਬਣ ਗਈ ਵਿਚਾਰੇ ਪੜਦਾ ਪੈ ਗਿਆ। ਇਹ ਟੁੱਟਦੀ ਨਹੀਂ ਕਿਸੇ ਤਰੀਕੇ ਨਾਲ। ਗੁਰਪੂਰੇ ਹਉਮੈ ਪੀ ਤੋਰੀ ਜਾਂ ਨਾਨਕ ਮਿਲੇ ਗੁਰਬਾਨ। ਦੁੱਖ ਸਾਰੇ ਪੈਦਾ ਹੁੰਦੇ ਨੇ ਹਉਮੈ 'ਚ, ਇੱਥੇ ਤੱਤ ਨਹੀਂ ਹੋਰ ਕੋਈ, ਹਉਮੈ ਵੀ ਉਹਨੇ ਲਾਈ ਹੈ, ਮਾਇਆ ਮਮਤਾ ਕਰਤੇ ਲਾਈ, ਆਪਣੀ ਮਾਇਆ ਆਪ ਸਾਰੀ, ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸੱਤੇ ਰਹੇ ਨਿਆ, ਇੱਥੇ ਤਿੰਨ ਤੱਤ ਨਹੀਂ ਹੈ, ਆਪੇ ਹੀ ਪਰਮੇਸ਼ੁਰ ਸਾਰੇ ਰੂਪਾਂ 'ਚ ਹੈ, ਹੁਕਮ ਦੀ ਕਿਰਿਆ ਚੱਲ ਰਹੀ ਹੈ। ਹੁਣ ਜੀਵ ਨਵਾਂ ਨਹੀਂ ਬਣਿਆ ਪਰਮੇਸ਼ੁਰ ਨਾਲੋਂ, ਪਰਮੇਸ਼ੁਰ ਦੀ ਸੱਤਾ ਜਿਹੜੀ ਪ੍ਰਕਿਰਤੀ 'ਤੇ ਪਈ ਨਾ, ਅਵੇਅਰਨੈਸ ਆਈ ਐਨ ਨੇ ਸੈਪਰੇਟ ਮੰਨ ਲਿਆ ਆਪਣੇ ਆਪ ਨੂੰ, ਆਈਐਨ ਆਈਐਨ ਦੇ ਨਾਲ ਮਾਈ ਬਣ ਗਿਆ। ਇਹ ਹੁਣ ਸਰਕਲ ਦੇ ਵਿੱਚ ਕੀ ਆ ਗਿਆ? ਹਉਮੈ ਆ ਗਈ, ਹਉਮੈ ਦੇ ਨਾਲ ਸਾਰੇ ਦੁਨੀਆ ਭਰ ਦੇ ਧੋਖੇ ਵੀ ਚੱਲ ਗਏ। ਜਦ ਤੱਕ ਹਉਮੈ ਦੂਰ ਨਹੀਂ ਹੁੰਦੀ, ਉਨੀ ਦੇਰ ਤੱਕ ਜਿਹੜਾ ਪਰਿਵਰਤਨ ਇਹਦੇ ਨਾਲ ਬੀਤਦਾ ਹੈ ਹਾਲ, ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਿਆ, ਜਬ ਤੱਕ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ, ਜਬ ਤੱਕ ਆ
ਸਾਰੀ ਰਾਤ ਆਈ ਐਮ ਮੈਂ ਇਹਨੂੰ ਹਉਮੈ ਕਹਿੰਦੇ ਨੇ ਹਉਮੈ ਆਜ਼ਾਦ ਹੈ ਹਉਮੈ ਕਰਮ ਗਵਾਏ ਹੁਣ ਜਿੰਨੇ ਵੀ ਕਰਮ ਕਰੇਗਾ ਕਰਮ ਕਰੇਗਾ ਬੰਦਾ ਉਹਨੇ ਬੰਨਿਆ ਜਾਣਾ ਕਰਮ ਤੋਂ ਛੁੱਟਣ ਦਾ ਕੋਈ ਤਰੀਕਾ ਨਹੀਂ ਹੈ ਬੜੀ ਲੰਬੀ ਗੱਲ ਹੈ ਇਹ ਵੀ ਕਿਵੇਂ ਛੁੱਟ ਸਕਦਾ ਕਰਮ ਤੋਂ ਕਰਮ ਤਾਂ ਕਰਨਾ ਹੀ ਕਰਨਾ ਹੈ ਆਦਮੀ ਨੇ ਸੋ ਮਹਾਰਾਜ ਕਹਿੰਦੇ ਹਉਮੈ ਦਾ ਬੰਨਿਆ ਹੋਇਆ ਇਹ ਜੰਮਦਾ ਮਰਦਾ ਹਉਮੈ ਆਜ਼ਾਦ ਹੈ ਹਉਮੈ ਕਰਮ ਗਵਾਏ ਹਉਮੈ ਹੀ ਬੰਧਨਾ ਫਿਰ ਵੀ ਜੂਨੀ ਭਾਵੇਂ ਜੰਮਦਾ ਰਹੇਗਾ ਮਰਦਾ ਰਹੇਗਾ ਜਿਹੜੇ ਤਿੰਨ ਦੁੱਖ ਹੋਰ ਦੱਸੇ ਨੇ ਮਹਾਰਾਜ ਨੇ ਉਹ ਇੰਨੇ ਖਤਰਨਾਕ ਨਹੀਂ ਹੈਗੇ ਦੁੱਖ ਵਿਛੋੜਾ ਵਿਛੋੜਾ ਵਾਲੇ ਜਿਹੜੇ ਭੁੱਲ ਜਾਂਦੇ ਸਾਰਿਆਂ ਨੂੰ ਪਤਾ ਕਿਸੇ ਦਾ ਜਵਾਨ ਪੁੱਤਰ ਮਰ ਜਾਵੇ ਦਸ ਸਾਲ ਦੇ ਬਾਅਦ ਭੁੱਲ ਬਣ ਜਾਂਦਾ ਆਪਣੇ ਰੰਗਾਂ 'ਚ ਰਚ ਜਾਂਦਾ ਥੋੜ੍ਹੇ ਚਿਰ 'ਚ ਭੁੱਲ ਜਾਂਦਾ ਵਾਹਿਗੁਰੂ ਨੇ ਇਹ ਹੀਲਿੰਗ ਪਾਵਰ ਰੱਖੀ ਹੋਈ ਹੈ ਵਿਛੋੜੇ ਦਾ ਦੁੱਖ ਖਤਮ ਹੋ ਜਾਂਦਾ ਭੁੱਖ ਹੈ ਜਿਹੜੀ ਮਾਨਸਿਕ ਭੁੱਖ ਆਦਮੀ ਨੂੰ ਲੱਗੀ ਹੋਈ ਇਹ ਸਰੀਰ ਦੇ ਜਾਣ ਨਾਲ ਇਹਦੀ ਵੀ ਖਤਮ ਹੋ ਜਾਂਦੀ ਜਿਹੜਾ ਜਮਦੂਤਾਂ ਦਾ ਦੁੱਖ ਹੈ ਇਹ ਨਹੀਂ ਹਟਦਾ ਇਹ ਪੱਕਾ ਹੈਗਾ ਦੁੱਖ ਇਹ ਨਹੀਂ ਕੋਈ ਇਲਾਜ ਨਹੀਂ ਇਹਦਾ ਹਟਾਉਣ ਦਾ ਜਿਹੜਾ ਇੱਕ ਦੁੱਖ ਰੋਗ ਲੱਗੇ ਤਨ ਤਾਏ ਪੈਰ ਨਾ ਭੋਲੇ ਦਾਰੂ ਲਾਏ ਕੈਂਸਰ ਹੋ ਗਿਆ ਹੋਰ ਕੋਈ ਬਿਮਾਰੀ ਹੋ ਗਈ ਉਹ ਵੀ ਹਟ ਜੂ ਮਰਨ ਤੋਂ ਬਾਅਦ ਨਵਾਂ ਸਰੀਰ ਨਵਾਂ ਥਾਂ ਨਵੇਂ ਗੱਲਾਂ ਬਾਤਾਂ ਨਵਾਂ ਕੱਪੜਾ ਲੀੜਾ ਨਵੇਂ ਚਿਹਰੇ ਮੋਹਰੇ ਨਵੇਂ ਗੋਦੀ ਚੱਕਣ ਵਾਲੇ ਸਭ ਮਿਲ ਜਾਂਦੇ ਭੁੱਲ ਗਿਆ ਸਭ ਕੁਛ ਲੇਕਿਨ ਇਹ ਨਹੀਂ ਭੁੱਲਦਾ ਕਿਹੜਾ ਚੰਮਣ ਵਾਲਦਾ ਤਾਂ ਸਿਰ 'ਤੇ ਖੜ੍ਹਾ ਸਾਰੇ ਕਿੰਨੇ ਕੁ ਚੱਕਰ ਕੱਟ ਸਕਦੇ ਹਾਂ ਮਹਾਰਾਜ ਕਹਿੰਦੇ ਤੈਨੂੰ ਪਤਾ ਹੀ ਨਹੀਂ ਸੁਣ ਰਹੇ ਤੂੰ ਕੌਣ ਕਹਾਂ 'ਤੇ ਆਇਆ ਉਹ ਇੱਥੇ ਨੇ ਜਾਣੀ ਕਿਤੇ ਕਿ ਮੁੱਦਤ ਚੱਲਦੇ ਖਬਰ ਨਾ ਪਾਏ ਕਿਹਨੂੰ ਪਤਾ ਦੁਨੀਆ ਕਦ ਬਣੀ ਹੈ ਇਹ ਮੂਰਖ ਲੋਕ ਨੇ ਜਿਹੜੇ ਕਹਿੰਦੇ 30,000 ਸਾਲ ਹੋਏ ਦੁਨੀਆ ਨੂੰ ਬਣੀ ਕੋਈ ਕਹਿੰਦਾ ਜੀ 2,00,000 ਸਾਲ ਹੋ ਗਏ ਇਹ ਤਾਂ ਕੋਈ ਜਾਣਦਾ ਹੀ ਨਹੀਂ ਹੈ ਥਿਤਵਾਰ ਦਾ ਜੋਗੀ ਜਾਣੇ ਰੁਤਮਾਨ ਕੋਈ ਜਾਂ ਕਰਦਾ ਸਿੱਟੀ ਕੋ ਸਾਡੇ ਆਪੇ ਜਾਣਾ ਉਸ ਵੇਲੇ ਤੋਂ ਹੀ ਸਾਡੇ ਦੁੱਖ ਕੱਢ ਪਿਆ ਹੋਇਆ ਜਿਹੜਾ ਜੰਮਣ 'ਤੇ ਮਰ ਮਹਾਰਾਜ ਕਹਿੰਦੇ ਪਿਆ ਤਾਂ ਹੈ ਤੂੰ ਨਾਮ ਨੂੰ ਭੁੱਲ ਗਿਆ ਜੇ ਨਾਮ ਤੈਨੂੰ ਤੇਰੇ ਅੰਦਰ ਵੱਸ ਜਾਵੇ ਨਾਮ ਦੇ ਵਿੱਚ ਨਿਵਾਸ ਲੈ ਲੈ ਤੇਰੀ ਦ੍ਰਿਸ਼ਟੀ ਖੁੱਲ੍ਹ ਜੇ ਤੈਨੂੰ ਇੱਕ ਤੋਂ ਇੱਕੋ ਇੱਕ ਨਜ਼ਰ ਆਵੇ ਇਹ ਵੀ ਦੁੱਖ ਹਟਿਆ ਜਾਂਦਾ ਦੁੱਖ ਨਹੀਂ ਰਹਿੰਦਾ ਫਿਰ ਪਰਿਭਾਸ਼ਾ ਬਦਲ ਜਾਂਦੀ ਹੈ ਦੁੱਖ ਨਾ ਹੀ ਸਭ ਦੁੱਖੀ ਹੈ ਇੱਥੇ ਦੁੱਖ ਕੋਈ ਚੀਜ਼ ਹੀ ਨਹੀਂ ਹੈ ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਗੁਰਮਤਿ ਵਿੱਚ ਦੋ ਤੱਤ ਨਹੀਂ ਮੰਨੇ ਗਏ ਜੀਵ ਤੱਤ ਨਹੀਂ ਮੰਨਿਆ ਗਿਆ ਅਤੇ ਨਾਲ ਉਹ ਨਹੀਂ ਮੰਨਿਆ ਗਿਆ ਇਹਦਾ ਪ੍ਰਕਿਰਤੀ ਦਾ ਇਹ ਪਸਾਰਾ ਵਾਹਿਗੁਰੂ ਨੇ ਪਸਾਰਿਆ ਆਪਣੇ ਸਟੇਜ ਦੇ ਉੱਤੇ ਇੱਕ ਵਾਰੀ ਉਹ ਕਹਿ ਰਹੇ ਸੀ ਵੀ ਜਿਹੜਾ ਮਾਇਆ ਤੱਤ ਹੈ ਸੁਤੰਤਰ ਤੱਤ ਹੈ ਮੈਂ ਉੱਥੋਂ ਹੀ ਟੈਲੀਫੋਨ ਕਰਿਆ ਬੈਠੇ ਨੇ ਮੈਂ ਕਿਹਾ ਗੱਲ ਤਾਂ ਹੈ ਗੁਰਮਤਿ 'ਤੇ ਉਲਟ ਗੁਆ ਬੋਲਿਆ ਜਾ ਰਿਹਾ ਮਾਇਆ ਮੂਇਆ ਕੋਈ ਨਹੀਂ ਇੱਥੇ ਕੌਣ ਆਣ ਕੇ ਜਦ ਖੇਰ ਉਜਾੜਾ ਤਾਂ ਇੱਕੋ ਇੱਕ ਅੰਕਾਰ ਉਹ ਜਦੋਂ ਖੇਰ ਉਜਾੜ ਦਿੰਦਾ ਆਪੇ ਹੀ ਆ ਪਹਿਲਾਂ ਸੀਗਾ ਆਪੇ ਹੀ ਬਾਅਦ ਆਹ ਵੀ ਆਪੇ ਹੀ ਹੈ ਕੋਈ ਅਗਲੀ ਬਦਲੀ ਨਹੀਂ ਹੁੰਦੀ ਇਹ ਇੱਕ ਕਿਰਿਆ ਚੱਲ ਰਹੀ ਹੈ ਮੌਜ ਹੈ ਇੱਕ ਹੁਕਮ ਦੀ ਕਿਰਿਆ ਹੋ ਰਹੀ ਹੈ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਕ ਦਿਖਲਾਈ ਸਾਂਗ ਉਤਾਰ ਥੰਮਿਓ ਪਸਾਰਾ ਤਬ ਇੱਕੋ ਇੱਕ ਅੰਕਾਰ ਹੈ ਜਦੋਂ ਜਾਦੂਗਰ ਨੇ ਜਾਦੂ ਆਪਣਾ ਥੰਮ ਲਿਆ ਮਾਇਆ ਖਿੱਚ ਲਈ ਉੱਥੇ ਕੁਝ ਵੀ ਨਹੀਂ ਜਾਦੂਗਰ ਕਰਨਾ ਖੜਾ ਬਹੁਤ ਵਾਰੀ ਮੈਂ ਸਾਖੀ ਸੁਣਾਈ
ਸੋ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਗੁਰੂ ਮਹਾਰਾਜ ਕਹਿੰਦੇ ਨਾ ਕਹੋ ਇਹ ਤੁਸੀਂ ਤਿੰਨ ਤੱਤ ਨੇ, ਜੀਵ ਜਿਹੜਾ ਕਿੱਥੋਂ, ਕਹਿੰਦੇ ਜੀਵ ਕਿੱਥੋਂ ਆ ਗਿਆ। ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿ ਜਾਏ, ਹੁਕਮੀ ਹੋਵਨ ਜੀ। ਇਹ ਜੀਵ ਵਾਹਿਗੁਰੂ ਤੋਂ ਵੱਖਰਾ ਨਹੀਂ, ਜੀ ਉਹ ਪਿੰਡ ਸਭ ਤੇਰਾ, ਸਰੀਰ ਵੀ ਤੇਰਾ ਅਤੇ ਜੀਵ ਵੀ ਤੇਰਾ। ਉਹ ਹੋਇਆ ਕਿਵੇਂ? ਬੇਣੀ ਨੂੰ ਜਿਹੜੇ ਮਹਾਂਪੁਰਸ਼ ਦੱਸ ਰਹੇ ਸੀ, ਕਹਿਣ ਲੱਗੇ ਬੇਣੀ ਆਪਣੇ ਆਪ ਦੀ ਜਦ ਤੂੰ ਪਛਾਣ ਕਰ ਲਏਗਾ ਮੈਂ ਕੌਣ, ਸਾਰੇ ਦੁੱਖਾਂ ਦਾ ਖਾਤਮਾ ਹੋ ਜੂ, ਫਿਰ ਮੁੜ ਕੇ ਜੰਮਦਾ ਮਰਦਾ ਨਹੀਂ ਹੈ। ਜੰਮਦਾ ਮਰਦਾ ਉੱਨੀ ਦੇਰ ਤੱਕ ਹੈ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਜਾਣਿਆ। ਜਦ ਤੇਰੇ ਆਤਮ ਸਰੂਪ ਦੇਖ ਲਿਆ, ਉਸ ਵੇਲੇ ਤੈਨੂੰ ਪਤਾ ਲੱਗ ਜਾਏਗਾ ਵੀ ਮੇਰੀ ਜਿਹੜੀ ਹੋਂਦ ਹੈ ਐਵੇਂ ਮੈਂ ਬੰਦਾ ਰਿਹਾ, ਮੈਂ ਹੈ ਨਹੀਂ। ਹਨੇਰੇ ਦੇ ਵਿੱਚ ਰੱਸੀ ਪਈ ਆ, ਪਰਮ ਕੀ ਪਏਗਾ, ਸੱਪ ਪਿਆ, ਸਾਰੀ ਰਾਤ ਦੁਖੀ ਹੋ ਜਾਏ। ਜਦ ਪ੍ਰਕਾਸ਼ ਹੋਇਆ ਫਿਰ ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀਗੀ। ਮਹਾਰਾਜ ਕਹਿੰਦੇ ਨਾਨਕ ਤਰਬੁਰ ਏਕ ਫਲ ਦੋਏ ਪੰਖੇਰੂ ਆਹੇ, ਆਪਦ ਜਾਤ ਨਾ ਦਿਸੇ ਨਾ ਪਰਪੰਖ ਕੀਤਾ। ਇਹ ਸਰੀਰ ਦੇ ਅੰਦਰ ਦੋ ਪੰਖੀ ਮਹਾਰਾਜ ਕਹਿੰਦੇ ਨਜ਼ਰ ਆਉਂਦੇ, ਉਹ ਆਦਮੀ ਨੂੰ ਭਰਮ ਪੈਦਾ ਹੋ ਜਾਂਦਾ ਵੀ ਮੈਂ ਦੋਵਾਂ ਚੋਂ ਕਿਹੜਾ। ਇੱਕ ਤਾਂ ਉਹ ਆ ਜਿਹੜਾ ਉੱਡਿਆ ਫਿਰਦਾ, ਪੰਖੀ ਬਿਰਕ ਸੁਹਾਵੜੇ ਉੱਡੇ ਚੌਦੇ ਸਜਾਏ, ਜੇ ਤਾਂ ਉੱਡੇ ਦੋ ਕਣੋਂ ਦਾਜੇ ਤੇ ਬਿਲਾ। ਇੱਕ ਮਹਾਰਾਜ ਕਹਿੰਦੇ ਇਹੋ ਜਿਹਾ ਜਿਹੜਾ ਕਿਤੇ ਨਹੀਂ ਜਾਂਦਾ, ਪਰਮ ਆਨੰਦ 'ਚ ਰਹਿੰਦਾ, ਨਾ ਉਹਨੂੰ ਕੋਈ ਕਰਮ ਲੱਗਦਾ, ਨਾ ਚੰਗਾ ਨਾ ਮੰਦਾ, ਨਾ ਉਹ ਜੰਮਦਾ ਨਾ ਉਹ ਮਰਦਾ। ਸੋ ਮਹਾਰਾਜ ਨੇ ਸੰਖੇਪ ਰੂਪ 'ਚ ਇਹ ਗੱਲ ਦੱਸਤੀ ਵੀ ਇਹਦੇ ਅੰਦਰ ਅਸਲੀ ਚੀਜ਼ ਹੈਗੀ ਆਤਮਾ, ਨਕਲੀ ਚੀਜ਼ ਹੈ ਭਰਮ ਹੈ। ਰਿਊਜ਼ਨ ਹੈ ਇੱਕ ਗਲਤ ਗੱਲ ਸਾਡੇ 'ਚ ਅੰਦਰ ਦ੍ਰਿੜ ਹੋ ਗਈ ਕਿ ਆਈ ਐਮ ਐਂਡ ਮਾਈ, ਮੈਂ ਹਾਂ ਅਤੇ ਮੇਰਾ, ਇਹਦਾ ਹੈਗਾ ਸਾਥੀ ਨਕਲੀ। ਗੁਰੂ ਦਸਵੇਂ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਸਮਝਾਇਆ ਸੀ, ਉਹਨੇ ਸਵਾਲ ਕਰਿਆ ਹੇ ਗੁਰੂ ਮਹਾਰਾਜ ਖੁਦਾ ਕਾ ਔਰ ਰੂਹ ਕਾ ਮੇਲ ਕੈਸੇ। ਮਹਾਰਾਜ ਕਹਿੰਦੇ ਰੋਸ਼ਨੀ ਕਾ ਔਰ ਅੰਧੇਰੇ ਕਾ ਜੈਸੇ, ਸੂਰਜ ਕਾ ਔਰ ਰਾਤ ਕਾ ਜੈਸੇ। ਸੀ ਬੜਾ ਭਾਰੀ ਵਿਦਵਾਨ, ਐਵੇਂ ਤਾਂ ਹੈ ਹੀ ਨਹੀਂ ਸੀ, ਉਹ ਬੜੇ ਜ਼ਿਲ੍ਹੇ ਕੱਟੇ ਸੀ, ਬਹੁਤ ਜ਼ਿਆਦਾ ਤਲਾਸ਼ ਵਿੱਚ ਸੀ ਕੋਈ ਮੁੱਲ ਕੰਮ ਮੁਰਸ਼ਦ ਦੇ ਕੰਮ ਨੂੰ ਮਿਲ ਜਾਵੇ ਅਤੇ ਮੇਰਾ ਇਹ ਭਰਮ ਦੂਰ ਕਰ ਦੇ। ਸੋਚਣ ਲੱਗ ਗਿਆ, 300 ਮਰੀਜ਼ ਨਾਲ ਲੈ ਗਏ, ਪਤਾ ਨਹੀਂ ਲੱਗਦਾ। ਮਹਾਰਾਜ ਨੇ ਕਿਹਾ ਹੂੰ ਹੂੰ ਹੂੰ, ਠੀਕ ਹੈ ਠੀਕ ਹੈ। ਕਹਿੰਦਾ ਮਹਾਰਾਜ ਕਿਹਾ ਠੀਕ ਹੈ। ਮਹਾਰਾਜ ਕਹਿੰਦੇ ਜਿਹੜਾ ਤੂੰ ਸੋਚੇ। ਮਹਾਰਾਜ ਮੇਰੇ, ਮੈਂ ਤਾਂ ਸਵਾਲ ਹੋਰ ਕਰਿਆ ਸੀ ਵੀ ਖੁਦਾ ਕਾ ਔਰ ਰੂਹ ਕਾ ਮੇਲ ਕੈਸੇ। ਮਹਾਰਾਜ ਕਹਿੰਦੇ ਸੱਚ ਕਾ ਔਰ ਰੂਹ ਕਾ ਜੈਸੇ। ਗੱਲਾਂ ਛੋਟੀ ਛੋਟੀਆਂ ਨੇ ਦੋ ਅੱਖਰਾਂ ਦੀਆਂ। ਫਿਰ ਸੋਚਣ ਲੱਗ ਗਿਆ ਵੀ ਸੱਚ ਆ ਜਾਵੇ ਤਾਂ ਝੂਠ ਤਾਂ ਰਹਿੰਦਾ ਹੀ ਨਹੀਂ, ਜੇ ਰੋਜ਼ ਸੂਰਜ ਚੜ੍ਹ ਜਾਵੇ ਰਾਤ ਨਹੀਂ ਰਹਿੰਦੀ। ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਵੀ ਰੋਸ਼ਨੀ ਹੈ, ਸੂਰਜ ਚੜ੍ਹ ਜਾਵੇ ਰਾਤ ਨਹੀਂ ਰਹਿੰਦੀ। ਕਹਿੰਦੀ ਹਾਂ ਅਸੀਂ ਇਹੀ ਕਹਿ। ਉਹ ਕਹਿਣ ਲੱਗਾ ਫਿਰ ਮਹਾਰਾਜ ਮੇਲ ਤਾਂ ਹੋਇਆ ਨਾ ਨਾ। ਉਹ ਮਹਾਰਾਜ ਕਹਿੰਦੇ ਜਿਹਦੀ ਹੋਂਦ ਇਹਦੀ ਉਹਦਾ ਮੇਲ ਕੀ ਹੋਣਾ, ਉਹ ਤਾਂ ਝੂਠ ਸੀਗਾ। ਉਹ ਜਿਹੜਾ ਰੱਸੀ ਵਿੱਚ ਸੱਪ ਦਿਖਿਆ ਸੀਗਾ ਉਹਦਾ ਮੇਲ ਹੋਊਗਾ ਕਦੇ, ਭਰਮ ਕਰਕੇ ਸੱਪ ਨਜ਼ਰ ਆਉਂਦਾ। ਕਹਿੰਦੇ ਜੀਵ ਨੇ ਕੂੜ ਭਾਵ ਧਾਰ ਲਿਆ, ਜੀਵ ਭਾਵ ਧਾਰ ਕੇ ਕੂੜ ਦੇ ਵਿੱਚ ਚਲਿਆ ਗਿਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਲ, ਕੂੜ ਮਾੜੀ, ਕੂੜ ਵੈਸਨਹਾਰ, ਕੂੜ ਸੋਹਣਾ, ਕੂੜ ਰੂਪਾ,
ਸਾਰਾ ਬੜਾ ਨਿਕਲ ਕੂੜੇ ਕੂੜਾ, ਇਹਨੇ ਕੂੜ ਨਾਲ ਦੋਸਤੀ ਪਾ ਲਈ, ਕੂੜ ਦੇ ਵਿੱਚ ਰਹਿ ਗਿਆ, ਹੁਣ ਸੱਚ ਕਿਵੇਂ ਪ੍ਰਗਟ ਹੋਵੇ? ਇਹ ਜਿਹੜਾ ਕੂੜਾ ਹੈ ਇਹ ਅਸਰ ਕੀ ਕਰਦਾ ਹੈ? ਇਹ ਸੰਸਾਰ ਦੇ ਅੰਦਰ ਇਹਦਾ ਕੰਮ ਹੈ ਡੋਬਣਾ, ਤਾਰਨਾ ਨਹੀਂ ਹੈ, ਐਸਾ ਮਹਾਰਾਜ ਫਰਮਾਨ ਕਰ ਰਿਹਾ। ਕੂੜਾ ਦੇ ਪੂਰ ਜੀ ਡੋਬੇ ਇਸ ਕੂੜ ਪਾਲ ਨਾਨਕ ਬਖਾਣੇ ਬੇਨਤੀ ਗਾ ਕੇ ਕਹਿੰਦੇ ਨੇ ਤੁਰ ਬਾਅਦ ਕੂੜੋ ਕੂੜ, ਬਾਕੀ ਸਾਰਾ ਕੂੜ ਦਾ ਵਰਤਾਰਾ ਹੋ ਰਿਹਾ। ਮਹਾਰਾਜ ਕਹਿੰਦੇ ਬੁੱਧੂ ਸ਼ਾਹ, ਸੱਚ ਦਾ ਜਦ ਰੋਸ਼ਨੀ ਹੋਣੀ ਹੈ, ਸੂਰਜ ਚੜ੍ਹਨਾ ਹੈ, ਉਸ ਵੇਲੇ ਰਾਤ ਨੇ ਹਟ ਜਾਣਾ। ਕਹਿੰਦੇ ਸੱਚੇ ਪਾਤਸ਼ਾਹ ਫਿਰ ਜੀਵ ਜਿਹੜਾ ਹੈ ਇਹਦੀ ਹੋਂਦ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਰੂਹ ਨਹੀਂ ਹੈ? ਮਹਾਰਾਜ ਕਹਿੰਦੇ ਸੱਚੀ ਰੂਹ ਤਾਂ ਹਮੇਸ਼ਾ ਹੀ ਹੈ, ਕੂੜੀ ਰੂਹ ਨਹੀਂ ਹੈ। ਕੂੜੀ ਰੂਹ ਹੈ ਰਾਤ, ਸੱਚ ਜਿਹੜੇ ਦੇ ਉੱਤੇ ਜਦੋਂ ਆਤਮਾ ਸਾਕਸ਼ਾਤਕਾਰ ਹੋ ਗਿਆ, ਉਸ ਵੇਲੇ ਮੈਂ ਨਹੀਂ ਰਹਿੰਦੀ ਹੁੰਦੀ, ਮੈਂ ਖਤਮ ਹੋ ਜਾਂਦੀ। ਉਸ ਵੇਲੇ ਕੀ ਹੁੰਦਾ? ਮਨ ਸੱਚਾ ਮੁਖ ਸੱਚਾ ਸੋਏ ਅਮਰਨਾ ਪੇਖਾ ਇੱਕ ਦਿਨ ਕੋਏ ਨਾਨਕੇ ਲੱਛਣ ਬਰਨ ਗਿਆ। ਭਾਈ ਕਲਈਆ ਐਵੇਂ ਤਾਂ ਨਹੀਂ ਬਾਣੀ ਬਣਾਉਂਦਾ, ਗੋਲੀਆਂ ਚੱਲਦੀਆਂ, ਤੀਰ ਚੱਲ ਰਹੇ ਨੇ, ਬੱਚੇ ਚੱਲ ਰਹੇ। ਉਹ ਦਿਮਾਗ 'ਚ ਫਰਕ ਸੀਗਾ ਉਹਦੇ, ਉਹਨੇ ਬੁੱਝੀ ਹੋਈ ਸੀ ਬਾਤ, ਉਹਨੇ ਇੱਕ ਨੂੰ ਪਛਾਣਿਆ ਹੋਇਆ ਸੀ।
ਹੁਣ ਇਹ ਪਛਾਣਿਆ ਕਿਵੇਂ ਜਾਵੇ? ਮਹਾਰਾਜ ਨੇ ਬਾਣੀ ਅੰਦਰ ਬਹੁਤ ਕਲੈਰੀਫਿਕੇਸ਼ਨ ਕਰੀ ਹੈ ਇਹਨਾਂ ਗੱਲਾਂ ਦੀ, ਅਸੀਂ ਤਾਂ ਗਾ ਗੂ ਕੇ ਲੰਘ ਜਾਂਦੇ ਹਾਂ ਅਗਾਂਹ। ਮਹਾਰਾਜ ਕਹਿੰਦੇ ਪਿਆਰੇ ਹੋਏ, ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿਹਦੇ ਦੀ ਸੱਚਾਈ ਚਾਹੀਦੀ ਆਦਮੀ ਦੇ ਅੰਦਰ, ਬਲ ਵਿੰਗਣੀ ਚਾਹੀਦੇ, ਜਿਹੜੀਆਂ ਜਿਹੜੀਆਂ ਮਨੌਤਾਂ ਨੇ ਉਹ ਤੋੜ ਦੇਵੇ ਸਾਰੀਆਂ, ਹਿਰਦੇ ਦੀ ਸੱਚਾਈ ਲਿਆਵੇ, ਸੱਚ ਤਾਂ ਬਣ ਜਾਣੀਆਂ ਜਾਂ ਹਿਰਦੇ ਸੱਚਾ ਹੋਏ। ਉਹਨੇ ਸੱਚਾਈ ਨੇ ਕੀ ਕਰਨਾ, ਕੂੜ ਕੀ ਮਾਰ ਉਤਰੇ, ਆਹ ਜਿਹੜੀ ਮੈਂ ਦੀ ਮੈਲ ਕੂੜ ਦੀ ਚੜ੍ਹ ਗਈ ਨਾ, ਇਹ ਉੱਤਰ ਜਾਣੀਆਂ ਸੱਚ ਦੇ ਆਇਆਂ 'ਤੇ, ਜਦ ਹਿਰਦੇ ਵਿੱਚ ਸੱਚਾਈ ਆ ਗਈ, ਸੱਚ ਆ ਗਿਆ, ਵਾਹਿਗੁਰੂ ਆ ਗਿਆ, ਵਾਹਿਗੁਰੂ ਦਾ ਨਿਵਾਸ ਹੋ ਗਿਆ, ਸੱਚ ਦੂਆ ਨਹੀਂ ਹੈ, ਝੂਠ ਸੱਚ ਇਹ ਵਾਹਿਗੁਰੂ ਨੂੰ ਡਿਨੋਟ ਕਰਿਆ ਹੋਇਆ। ਇਸ ਤਰ੍ਹਾਂ ਦੇ ਨਾਲ ਉਹਦੇ ਵਿੱਚ ਪਰਮੇਸ਼ਰ ਦਾ ਵਾਸਾ ਕੂੜ ਦੀ ਮੈਲ ਲੈ ਜਾਂਦੀ ਹੈ, ਨਿਵਿਰਤ ਹੋ ਜਾਂਦੀ ਹੈ। ਵਾਹਿਗੁਰੂ ਨਾਲ ਫਿਰ ਕੀ ਹੁੰਦਾ, ਪਿਆਰ ਪੈ ਜਾਂਦਾ, ਸੱਚੀ ਜੁਗਤ ਦਾ ਪਤਾ ਲੱਗਦਾ, ਕਾਇਆ ਦੀ ਸੋਧ ਕਰੇ, ਨਾਮ ਇਹਦੇ 'ਚ ਬੀਜੇ, ਸੱਚੀ ਸਿੱਖਿਆ ਗ੍ਰਹਿਣ ਕਰੇ, ਪੁੰਨ ਦਾਨ ਦਇਆ ਆਦਿ ਜਿਹੜਾ ਸਮੂਹ ਹੈ ਇਹ ਸਾਰਾ 30-40 ਚੀਜ਼ਾਂ ਦਾ ਹੈ। ਇੱਥੇ ਮਹਾਰਾਜ ਨੇ ਦੋ ਚੀਜ਼ਾਂ ਲਿਖ ਕੇ ਛੱਡਤਾ, ਇੱਥੇ ਨਹੀਂ ਵੀ ਦਇਆ ਆ ਗਈ, ਬਾਕੀ ਵੀ ਆਉਣਾ ਚਾਹੀਦਾ, ਖਿਮਾ ਵੀ ਆਉਣੀ ਚਾਹੀਦੀ ਹੈ, ਧੀਰਜ ਵੀ ਆਉਣਾ ਚਾਹੀਦਾ, ਸੰਤੋਖ ਵੀ ਆਉਣਾ ਚਾਹੀਦਾ, ਸੱਤ ਵੀ ਆਉਣਾ ਚਾਹੀਦਾ। ਸੋ ਮਹਾਰਾਜ ਕਹਿੰਦੇ ਇਹ ਚੀਜ਼ਾਂ ਹਿਰਦੇ 'ਚ ਪੈਦਾ ਹੋ ਜਾਣ, ਦਇਆ ਜਾਣੇ ਜੀ। ਸੋ ਨਾਮ ਦਾ ਬੀਜ ਪਾਵੇ, ਫਿਰ ਉਪਦੇਸ਼ ਸੁਣੇ, ਸੁਣ ਦਾ ਮਹਾਤਮ ਜਾਣੇ, ਫਿਰ ਉਹਨੂੰ ਮੰਨੇ, ਮੰਨ ਕੇ ਉਹਨੂੰ ਉਹਦਾ ਨਿਰਦੇਸ਼ਨ ਕਰੇ, ਕਮਾਈ ਕਰੇ, ਕਮਾਈ ਕਰਨ ਤੋਂ ਬਾਅਦ ਰਿਜ਼ਲਟ ਨਿਕਲ ਆਉਣਾ। ਸੋ ਇਸ ਤਰ੍ਹਾਂ ਦੇ ਨਾਲ ਬੇਣੀ ਦਾ ਜਿਹੜਾ ਮਹਾਂਪੁਰਸ਼ ਸੀ ਕਹਿਣ ਲੱਗਿਆ, ਬੇਣੀ ਇਹ ਸਿਰਫ ਮੈਂ ਦੀ ਮਨੌਤ ਕਰਕੇ ਇਹਨੂੰ ਜੰਮਣ ਅਤੇ ਮਰਨ ਦਾ ਚੱਕਰ ਪੈ ਰਿਹਾ, ਜੇ ਮੈਂ ਦੀ ਮਨੌਤ ਹਟ ਜਾਵੇ, ਉਹ ਕਹਿੰਦਾ ਕਿਵੇਂ ਹਟੇ, ਕਹਿੰਦਾ ਆਪਣੇ ਸਰੂਪ ਨੂੰ ਪਛਾਣ, ਤੇਰਾ ਸਰੂਪ ਕੀ ਹੈ, ਮਨ ਤੂੰ ਜੋ ਸਰੂਪ ਹੈ ਆਪਣਾ, ਹਾਂ।
ਜੋਤਾਂ ਦੋ ਨਹੀਂ ਹੈਗੀਆਂ, ਇੱਥੇ ਇੱਕੋ ਜੋਤ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ, ਉਹਦਾ ਪਾਰਟ ਹੁੰਦਾ ਹੀ। ਕਹਿੰਦੇ ਉਹ ਹੈ ਤੂੰ ਪਛਾਣ ਆਪਣੇ ਆਪ ਨੂੰ, ਕਿਉਂ ਜੀਵ ਭਾਵ ਕੂੜੇ ਭਾਵ ਦੇ ਵਿੱਚ ਜੀਵ ਬਣ ਕੇ ਜੰਮਦਾ ਮਰਦਾ, ਜੰਮਦਾ ਮਰਦਾ ਦੁੱਖ ਸੁੱਖ ਮਹਿਸੂਸ ਕਰਦਾ ਹੈ, ਬੇਣੀ ਆਪਣਾ ਸਰੂਪ ਪਛਾਣ। ਗਰਭ ਅਗਨ ਤੋਂ ਇਹੀ ਕੱਟ ਸਕਦਾ, ਅਗਨ ਦਏ ਯਾਰ ਗਰਭ ਸੇਰਾ, ਇੱਕ ਦੁੱਖ ਰਾਮ ਰਹੇ ਕੱਟੋ ਮੇਰਾ, ਹੋਰ ਕੋਈ ਤਰੀਕਾ ਨਹੀਂ ਹੈਗਾ ਇਹਦਾ ਕੱਟਣ ਦਾ। ਤੂੰ ਸੱਚ ਨੂੰ ਪਛਾਣ ਪਿਆ ਰਿਹਾ, ਸੱਚ ਤੇਰੇ ਅੰਦਰ ਬਾਹਰ ਹਰ ਥਾਂ 'ਤੇ ਪਰਿਪੂਰਨ ਹੈ। ਜੈ ਜੈ ਦੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ 'ਤੇ ਆਈ, ਈਦ ਉਦ ਨਹੀਂ ਵਿਛਦਾ ਇਹ ਤੋਂ ਸੰਗੀ ਹੈ, ਜਿਹਨੂੰ ਤੂੰ ਸਮਝਦਾ ਨਾ ਮੈਂ ਦੇਣੀ ਹਾਂ। ਇਹ ਬੜਾ ਭਾਰੀ ਭੁਲੇਖ ਹੈ। ਤੂੰ ਬੱਗੀ ਦੇ ਉੱਤੇ ਬੈਠਾ ਸਵਾਰ, ਬੱਗੀ ਕਿਉਂ ਕਹਿੰਦਾ ਤੂੰ ਆਪਣੇ ਆਪ ਨੂੰ ਮੈਂ ਬੱਗੀ ਹਾਂ, ਇਹਨੂੰ ਇਹਦਾ ਡਰਾਈਵਰ ਮਨ ਹੈ। ਤੇਰੇ ਘੋੜੇ ਨੇ ਪੰਜ ਗਿਆਨ ਇੰਦਰੀਆਂ, ਇਹਦੇ ਘੋੜੇ ਵੀ ਮੂੰਹ ਜ਼ੋਰ ਨੇ ਅਤੇ ਇਹਦਾ ਜਿਹੜਾ ਚਾਲਕ ਆ ਉਹ ਵੀ ਮੂੰਹ ਜ਼ੋਰ ਹੈ, ਜੀਵ ਆਤਮਾ ਦੀ ਗੱਲ ਹੀ ਨਹੀਂ ਸੁਣਦਾ, ਇਹਦੇ ਸਵਾਰ ਦੀ ਗੱਲ ਨਹੀਂ ਸੁਣਦਾ। ਤੂੰ ਆਪਣੇ ਨੂੰ ਸਵਾਰ ਤਾਂ ਸਮਝ ਲੈ, ਇਹ ਸਰੀਰ ਤਾਂ ਇੱਕ ਵਹੀਕਲ ਹੈ, ਇਹਦੇ ਰਾਹੀਂ ਤੂੰ ਸਫ਼ਰ ਕਰ ਰਿਹਾ, ਤਾਂ ਕਿਸੇ ਕਿਨਾਰੇ ਪਹੁੰਚਣਾ ਸਫ਼ਰ ਕਰਕੇ। ਤੂੰ ਕਿਉਂ ਸਰੀਰ ਮੰਨੀ ਜਾਂਦਾ ਆਪਣੇ ਆਪ ਨੂੰ, ਦੇਹੀ ਦਾ ਨਾਮ ਮੰਨਦਾ ਤੂੰ, ਇਸ ਦੇਹੀ ਮੈਂ ਕੌਣ ਵਸਾਈ, ਕੌਣ ਵੱਸਦਾ ਫਿਰ ਇਹਦੇ ਵਿੱਚ? ਮਹਾਰਾਜ ਕਹਿੰਦੇ ਉਹ ਵੱਸਦਾ ਜਾ ਕਾ ਅੰਤ ਨਾ ਪਾਇਆ ਜਾਈ, ਫਿਰ ਮੈਂ ਕੌਣ ਹੋਇਆ? ਕਹਿੰਦੇ ਭੁਲੇਖਾ ਕੂੜ ਦੀ ਭਾਵਨਾ ਹੈ, ਤੂੰ ਜੀਵ ਹੈ, ਜਦ ਤੱਕ ਤੇਰੇ ਅੰਦਰ ਸੱਚ ਦਾ ਪ੍ਰਕਾਸ਼ ਨਹੀਂ ਹੁੰਦਾ ਤੂੰ ਜੀਵ ਹੀ ਰਹਿਣਾ, ਜੰਮਦਾ ਮਰਦਾ ਰਹੇਗਾ, ਜੀਵ ਦੀ ਹੋਂਦ ਕੋਈ ਵੀ ਨਹੀਂ ਹੈ। ਰਲਾ ਮੈਦਾਨ ਹੈ, ਜੇਠਾੜ ਦਾ ਮਹੀਨਾ, ਕੀ ਨਜ਼ਰ ਆਏਗਾ ਵੀ ਉਹ ਪਾਣੀ ਹੈ ਨੇੜੇ, ਹਰ ਨੱਠੇ ਹੀ ਫਿਰਦੇ ਨੇ, ਮਰ ਜਾਂਦੇ ਨੇ ਦੌੜੇ ਫਿਰਦੇ, ਉਹ ਰੜੇ ਦਾ ਗੱਲ ਨਾ ਹੁੰਦਾ ਨਾ ਕੋਈ ਗੱਲ ਹੁੰਦੀ। ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੁਨੀਆਂ 'ਚ ਜਿਹੜੀਆਂ ਹੁੰਦੀਆਂ ਕੁਛ ਹੋਰ ਨੇ, ਨਜ਼ਰ ਕੁਛ ਹੋਰ ਹੁੰਦੀ, ਐਵੇਂ ਜਿਵੇਂ ਹੀ ਇਹ ਜੀਵ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਨਾਨਕ ਤਰਬਰ ਏਕ ਵੱਲ ਦੋ ਪੰਖੇਰੂ ਆਏ, ਆਪਦ ਨਾ ਜਾਤ ਨਾ ਦਿਸੇ ਨਾ ਪਰ ਪੰਖੀ ਦਾ ਹੈ ਦੂਏ ਦਾ। ਮਹਾਰਾਜ ਨੇ ਜ਼ਿਕਰੇ ਨਹੀਂ ਕਰਿਆ ਇਹਦੇ ਵਿੱਚ, ਕਿਉਂਕਿ ਲੋੜ ਨਹੀਂ ਸੀ ਉਹਦੇ 'ਚ। ਦਿਸਦਾ ਦੋ ਨੇ, ਦਿਸਦਾ ਕਿਉਂ ਨੇ? ਕਿਉਂਕਿ ਕੂੜ ਨੇ ਅਧਿਆਸ ਬਣਾ ਕੇ ਮੈਂ ਬਣਾਤਾ, ਜਦ ਤੱਕ ਇਹ ਅਧਿਆਸ ਨਹੀਂ ਟੁੱਟਦਾ ਇਹ ਖਤਮ ਨਹੀਂ। ਇਹ ਜੇ ਤਾਂ ਇਹਨੂੰ ਜੋਤਦਾ ਵੀ ਰਹੇ ਫਿਰ ਵੀ ਤਰੱਕੀ ਕਰੇਗਾ, ਪਰ ਇਹਦਾ ਸਰੀਰ ਰੱਥ ਨੂੰ ਕਹਿੰਦਾ ਮੈਂ ਆ, ਰੱਥ ਤਾਂ ਹੋਰ ਮਿਲ ਜਾਣਾ ਜਦ ਇਹ ਟੁੱਟ ਜਾਣਾ, ਜੇ ਤੂੰ ਹੋਵੇਂ ਤਾਂ ਫਿਰ ਤਾਂ ਤੇਰਾ ਖਤਮ ਹੋ ਜਾਏ। ਸੋ ਕਹਿਣ ਲੱਗੇ ਬੈਣੀ ਤੂੰ ਆਤਮਾ, ਆਤਮਾ ਅਤੇ ਪਰਮਾਤਮਾ ਇੱਕੋ ਹੀ ਹੈ, ਇੱਥੇ ਦੋ ਨਹੀਂ ਹੈਗਾ, ਉਹ ਆਪ ਹੀ ਹੈ, ਅਤੇ ਤੂੰ ਆਪਣੇ ਮੂਲ ਕਾਰਨ ਨੂੰ ਪਛਾਣ ਲੈ, ਸਾਧਨ ਕਰ। ਕਹਿੰਦਾ ਮਹਾਰਾਜ ਕਿਵੇਂ ਪਛਾਣਿਆ ਜਾਵੇ? ਹੁਣ ਮੈਂ ਬਚਨ ਤਾਂ ਤੁਹਾਡਾ ਸੁਣ ਲਿਆ, ਕਹਿੰਦੇ ਦੇਖ ਇਹ ਗੁਰੂ ਦਾ ਜਿਹੜਾ ਬਚਨ ਹੁੰਦਾ ਹੈ ਇਹ ਸੱਤ ਹੋਇਆ ਕਰ, ਇਹਦਾ ਜਿੰਨੀ ਦੇਰ ਤੱਕ ਅਧਿਕਾਰ ਹੀ ਨਹੀਂ ਨਾ ਹੁੰਦਾ ਉਹਨਾਂ ਚਿਰ ਗੁਰੂ ਇਹ ਗੱਲ ਕਹਿੰਦਾ ਨਹੀਂ ਹੈ ਸਾਹਮਣੇ। ਕਹਿੰਦਾ ਕਿਹਨੂੰ ਆ? ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਉਹਨੇ ਉਪਦੇਸ਼ ਸੁਣਾਉਣਾ। ਸੋ ਇਹ ਉੱਤਮ ਅਧਿਕਾਰੀ ਸੀ ਵੇਲੇ, ਉਸੇ ਵੇਲੇ ਇਹਦੇ ਅੰਦਰ ਸੱਚ ਦਾ ਪ੍ਰਕਾਸ਼ ਹੋ ਗਿਆ, ਹਰ ਪਾਸੇ ਤੂੰ ਹੀ ਤੂੰ ਨਜ਼ਰ ਆਉਣ ਲੱਗ ਗਿਆ।
ਉਹਦੇ ਬਾਰੇ ਗੁਰੂ ਮਹਾਰਾਜ ਜੀ ਲਿਖਦੇ ਨੇ ਕਿ ਬੇਲੀ ਜਿਹੜਾ ਸੀ ਉਹਨੂੰ ਸਤਿਗੁਰੂ ਪੂਰਾ ਮਿਲਿਆ, ਉਸਨੇ ਉਹਦੇ ਅੰਦਰੋਂ ਹਨੇਰਾ ਕੱਢ ਦਿੱਤਾ। ਮਿਤੇ ਉਹ ਅੰਧੇਰ ਮਿੰਤਾ ਨਾਨਕ ਜਨਮ ਜਨਮ ਕੀ ਸੋਏ ਜਾਗੀ ਹੈ ਪੜ ਲਓ। ਕਰਤਾ ਪ੍ਰਕਾਸ਼ ਜੀ ਸਤਿਗੁਰ ਨੇ ਪੱਕਿਆ ਹੋਇਆ ਅਸੀਂ ਕਦੇ ਨਹੀਂ ਦੇਹ ਤੋਂ ਪਰ ਲੰਬੇ ਹੁੰਦੇ, ਹੁੰਦਾ ਹੀ ਨਹੀਂ। ਕਿੰਨੀ ਬਾਣੀ ਸੁਣ ਲਓ, ਕਿੰਨਾ ਕੀਰਤਨ ਸੁਣ ਲਓ, ਜ਼ਿਆਦਾ ਆਨੰਦ ਆਏਗਾ। ਜੇ ਭਜਨ ਕਰੋਗੇ ਸੁਰਤੀ ਡਿੱਗੂਗੀ, ਲੇਕਿਨ ਇਹਦੇ ਹੱਥ ਨਹੀਂ ਟੁੱਟਦਾ, ਦੇ ਹੀ ਰਹੇ। ਮੈਂ ਫਲਾਣਾ ਸਿੰਘ ਹਾਂ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਇਹ ਐਸਾ ਚੱਕਰ ਪਿਆ ਹੋਇਆ, ਜਾਲ ਪਿਆ ਹੋਇਆ, ਟੁੱਟਦਾ ਹੀ ਨਹੀਂ, ਟੁੱਟਦਾ ਹੀ ਨਹੀਂ। ਮਹਾਤਮਾ ਨਹੀਂ ਬਹੁਤੇ ਜਾਲ ਪਾਉਂਦੇ ਹੁੰਦੇ, ਘੱਟ ਦੇ ਘੱਟ ਰੱਖਦੇ ਆ ਮਿਨੀਮਮ। ਅਤੇ ਇਹ ਬੇਣੀ ਦੇ ਹੁਣ ਗੱਲ ਤਾਂ ਸਾਰੀ ਦਿਖਾ ਦਿੱਤੀ, ਲੇਕਿਨ ਟੁੱਟਿਆ ਤਾਂ ਹੈ ਨਹੀਂ ਇਹਦੇ। ਉਹ ਕਹਿਣ ਲੱਗੇ ਵੀ ਮਹਾਰਾਜ, ਮਹਾਰਾਜ ਫਰਮਾਨ ਕਰਦੇ ਆ, ਬੇਣੀ ਕੋ ਗੁਰ ਕੀਓ ਪ੍ਰਕਾਸ਼, ਰੇਮਨ ਮੇਰੇ ਹੋਏ ਦਾਸ, ਤੂੰ ਹੀ ਦਾਸ ਬਣ ਜਾ, ਤੂੰ ਵੀ ਇਹ ਗੱਲ ਸਿੱਖ ਲੈ, ਰੇਮਨ ਤੂੰ ਵੀ ਹੋ ਦਾਸ। ਜਿਵੇਂ ਬੇਣੀ ਦਰ ਗਿਆ, ਤੁਸੀਂ ਵੀ ਦੱਸ ਸਕਦੇ ਹੋ, ਦਾਸ ਬਣ ਜਾਓ ਗੁਰੂ ਦੇ, ਬਣ ਕੇ ਜੋ ਗੁਰੂ ਕਹਿੰਦਾ ਉਹ ਮੰਨ ਲਓ। ਨੁਕਸ ਇਹ ਹੈ ਕਿ ਅਸੀਂ ਗੁਰੂ ਨੂੰ ਮੱਥਾ ਟੇਕਦੇ ਹਾਂ,
ਭੇਟਾਂ ਚਾੜ੍ਹਦੇ ਹਾਂ, ਲੜਦੇ ਹਾਂ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਲੇਕਿਨ ਅਸੀਂ ਉਹਦਾ ਬਚਨ ਨਹੀਂ ਮੰਨਦੇ, ਬਚਨ ਨਾ ਮੰਨਣ ਕਰਕੇ ਫੇਲ ਹਾਂ। ਹੁਣ ਕਹਿਣ ਲੱਗਿਆ ਵੀ ਨਹੀਂ ਦੇਸ਼, ਇਹ ਜਿਹੜਾ ਉਪਦੇਸ਼ ਹੈ ਨਾ ਇਹ ਮੰਦਰ ਪੈ ਜਾਂਦਾ, ਇਹਦੀ ਪੂਜਾ ਕਰੀ ਰੋਜ਼। ਸਭ ਤੋਂ ਬੜਾ ਜਿਹੜਾ ਦੇਵ ਆ ਉਹਦੀ ਪੂਜਾ ਕਰ। ਮਹਾਰਾਜ ਮੈਂ ਕਿਵੇਂ ਪੂਜਾ ਕਰਾਂ, ਮੰਦਰ 'ਚ ਜਾਵਾਂ? ਕਹਿੰਦੇ ਨਹੀਂ, ਉਹ ਦੇਵ ਹਰ ਥਾਂ 'ਤੇ ਪਰਿਪੂਰਨ। ਕਹਿੰਦੇ ਫਿਰ ਮਹਾਰਾਜ ਪੂਜਾ ਕਿਵੇਂ ਕਰਾਂ? ਕਹਿੰਦੇ ਤਿੰਨ ਫੁੱਲਾਂ ਨਾਲ ਪੂਜਾ ਹੁੰਦੀ ਆ ਉਹਦੀ। ਇੱਕ ਤਾਂ ਹੁੰਦੀ ਹੈ ਗਿਆਨ, ਵੀ ਮੈਂ ਦੇਹ ਨਹੀਂ ਹਾਂ, ਮੈਂ ਇਹਦੇ ਵਿੱਚ ਕੋਈ ਅੰਗ ਨਹੀਂ ਹਾਂ, ਨਾ ਮੈਂ ਅੱਖਾਂ, ਨਾ ਮੈਂ ਨੱਕ, ਨਾ ਮੈਂ ਕੰਨ, ਨਾ ਮੈਂ ਜੀਵ, ਨਾ ਮੈਂ ਪੰਜਾਂ ਪ੍ਰਾਣਾਂ 'ਚੋਂ ਕੋਈ ਪ੍ਰਾਣ, ਨਾ ਮੈਂ ਮਨ, ਨਾ ਮੈਂ ਬੁੱਧੀਆਂ, ਨਾ ਮੈਂ ਚੇਤਾ। ਜਿਹੜਾ ਕਹਿੰਦਾ ਮੈਂ ਹਾਂ ਉਹ ਵੀ ਮੈਂ ਨਹੀਂ ਹਾਂ, ਮੇਰਾ ਸਰੂਪ ਤਾਂ ਬਾਬਾ ਹੈ, ਤਾਂ ਮੈਂ ਹਨੇਰੇ ਵਿੱਚ ਪਿਆ ਹੋਇਆ ਰੱਸੀ ਨੂੰ ਸੱਪ ਸਮਝਦਾ ਰਿਹਾ। ਕਹਿੰਦੇ ਹੁਣ ਤੂੰ ਨਾ ਇਹ ਉਪਦੇਸ਼ ਪਕਾਉਣਾ ਪਊ, ਤੈਨੂੰ ਸਾਧਨ ਕਰਨਾ ਪਊ, ਤੈਨੂੰ ਅਸੀਂ ਮੰਤਰ ਦਿੰਦੇ ਹਾਂ। ਉਹਨਾਂ ਨੇ ਓਂਕਾਰ ਦਾ ਮੰਤਰ ਦੇ ਦਿੱਤਾ। ਓਂਕਾਰ ਦੇ ਚਾਰ ਹਿੱਸੇ ਹੁੰਦੇ ਨੇ, ਚਾਰਾਂ ਹਿੱਸਿਆਂ 'ਚ ਚਾਰਾਂ ਹੀ ਤਰੀਕਿਆਂ ਨਾਲ ਜਾਪ ਕਰਾਇਆ ਜਾਂਦਾ ਵਾਹਿਗੁਰੂ ਦਾ। ਸਾਰਿਆਂ ਵਾਸਤੇ ਇੱਕੋ ਉਪਦੇਸ਼ ਨਹੀਂ ਹੁੰਦਾ, ਅੱਡ ਅੱਡ ਉਪਦੇਸ਼ ਹੁੰਦੇ। ਜਿਹੜਾ ਟੌਪ ਦਾ ਜਗਿਆਸੂ ਹੁੰਦਾ ਉਹਨੂੰ ਮਹਾਂਪੁਰਸ਼ ਇਕੱਲਾ ਓਮ ਦੇਣਗੇ, ਓਮ। ਜਿਹੜਾ ਦੋ ਨੰਬਰ ਦਾ ਹੈ ਉਹਨੂੰ ਓਮ ਦੇਣਗੇ, ਓਮ। ਜਿਹੜਾ ਤਿੰਨ ਨੰਬਰ ਦਾ ਹੈ ਉਹਨੂੰ ਓਂਕਾਰ, ਉਹਨੂੰ ਪੂਰਾ ਓਂਕਾਰ ਦੇਣਗੇ। ਇਹਦੇ 'ਚ ਭੇਜਦਾ ਬੜਾ ਗਹਿਰਾ। ਜਦੋਂ ਆਦਮੀ ਨੇ ਆਪਣੇ ਜੋਤ ਸਰੂਪ ਨੂੰ ਪਛਾਣ ਲਿਆ, ਫਿਰ ਉਹਦੇ ਕਰਨਾ ਧਰਨਾ ਜਿਹੜਾ ਹੈ ਨਾ ਉਹ ਸੁਤੰਤਰ ਹੋ ਜਾਂਦਾ। ਸੁਤੰਤਰ ਹੋ ਕੇ ਕੀ ਕਰਿਆ ਉਹਨੇ ਬੇਣੀ ਨੇ, ਭਾਈ ਗੁਰਦਾਸ ਜੀ ਲਿਖਦੇ ਨੇ ਉਹਦੇ ਬਾਰੇ ਕਿ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵ। ਇਹਦਾ ਉਪਦੇਸ਼ ਦਿੱਤਾ ਨਾ, ਇਕਾਂਤ ਜਾ ਕੇ ਬਹਿੰਦਾ ਸੀ, ਓਮ ਦਾ ਜਾਪ ਕਰਦਾ ਸੀ, ਲੇਕਿਨ ਆਪਣੇ ਆਤਮ ਸਰੂਪ ਦੇ ਉੱਤੇ ਧਿਆਨ ਰੱਖਦਾ। ਤਿੰਨ ਫੁੱਲ ਜਿਹੜੇ ਨੇ ਇਹਦੀ ਪੂਜਾ ਕਰਨ ਦੇ, ਉਹ ਫੁੱਲ ਇੱਥੇ ਦੁਨੀਆਂ 'ਚ ਨਹੀਂ ਹੈਗੇ, ਉਹ ਅੰਦਰ ਨੇ। ਪਹਿਲਾ ਫੁੱਲ ਤਾਂ ਹੋਇਆ ਕਰਦਾ ਹੈ ਗਿਆਨ, ਵੀ ਮੈਂ ਆਤਮ ਸਰੂਪ। ਦੂਸਰਾ ਫੁੱਲ ਹੋਇਆ ਕਰਦਾ ਜਿਹਨੂੰ ਸੰਮਿਆ ਕਹਿੰਦੇ ਨੇ, ਉਹ ਹੋਇਆ ਕਰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਥੇ ਆਪੇ ਆਪ ਹੈ, ਤੂੰ ਹੀ ਜਦਸ, ਤੂੰ ਹੀ ਥਲਸ, ਤੂੰ ਹੀ ਹਰ ਥਾਂ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਦੂਸਰਾ ਫੁੱਲ ਹੈ। ਤੀਸਰਾ ਫੁੱਲ ਹੋਇਆ ਕਰਦਾ ਚਿੱਤ ਦੀ ਇਕਾਗਰਤਾ, ਕੋਈ ਫੁਰਨਾ ਨਾ ਆਵੇ, ਪੂਰਾ ਚਿੱਤ ਨੂੰ ਇਕਾਗਰ ਕਰਕੇ ਆਪਣੇ ਆਤਮ ਚਿੰਤਨ ਵਿੱਚ ਲੀਨ ਹੋਵੇ, ਇਹਨੂੰ ਆਤਮ ਚਿੰਤਨ ਕਹਿੰਦੇ ਨੇ। ਇਸੇ ਨੂੰ ਅਧਿਆਤਮਿਕ ਕਰਮ ਕਹਿੰਦੇ ਨੇ, ਆਤਮ ਚਿੰਤਨ। ਦੂਸਰੇ ਨਹੀਂ, ਦੂਸਰੇ ਦਾ ਕਰਮ ਨੇ, ਕਰਮ ਦੇ ਮੰਡਲ 'ਚ ਆਉਂਦੇ ਨੇ, ਇਹ ਅਧਿਆਤਮ ਕਰਮ। ਸੋ ਭਾਈ ਗੁਰਦਾਸ ਜੀ ਲਿਖਦੇ ਆ, ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਭ। ਲਿਵ ਦੀ ਅਵਸਥਾ ਬੜੀ ਉੱਚੀ ਹੋਇਆ ਕਰਦੇ, ਜਿਹਦੀ ਲਿਵ ਲੱਗ ਜਾਵੇ। ਮਹਾਰਾਜ ਨੇ ਕਿਹਾ ਜੇ ਲਿਵ ਨਹੀਂ ਨਾ ਲੱਗੀ ਪਿਆਰਿਆ, ਸਿੱਖੀ ਤਾਂ ਧਾਰਨ ਵੀ ਕਰ ਲਈ,
ਤੇਰੀ ਦੇਹ ਦੀ ਜਿਹੜੀ ਪਦਵੀ ਆ ਨਵਾਣੀ ਆ, ਨਵਾਣੀ ਪੌੜੀ ਨੂੰ ਕਹਿੰਦੇ ਨੇ ਨਵਾਣ, ਸਾਚੀ ਲੇਵਾ ਮੈਂ ਦੇਹ ਨਵਾਣੀ, ਦੇਹ ਨਵਾਣੀ ਲੇਵਾ ਵਾਜੋਂ ਕਿਆ ਕਰੇ ਵਿਚਾਰੇ ਵਿਚਾਰੀਆ, ਕਰਿਆ ਕੀ ਜਾਵੇ, ਲਿਵ ਲੱਗ ਨਹੀਂ ਰਹੀ। ਲਿਵ ਲੱਗਦੀ ਹੈ ਪਹਿਲਾਂ ਹੁੰਦੀ ਹੈ ਤਲਾਸ਼ ਹਿਰਦੇ ਦੇ ਅੰਦਰ, ਤਲਾਸ਼ 'ਚ ਭਟਕਦਾ, ਸਤਸੰਗਾਂ 'ਚ ਜਾਂਦਾ, ਸੰਤਾਂ ਨੂੰ ਮਿਲਦਾ, ਦੇਖਦਾ ਵੀ ਮੇਰਾ ਕਿਤੇ ਘਰ ਪੂਰਾ ਹੋਊਗਾ। ਫਿਰ ਦੂਸਰੀ ਹੋਇਆ ਕਰਦਾ, ਇਹਦੇ ਬਾਅਦ ਦੂਸਰੀ ਮੰਜ਼ਿਲ ਜਿਹਨੂੰ ਵਾਦੀਏ ਇਸ਼ਕ ਕਹਿੰਦੇ ਨੇ, ਪਿਆਰ ਪੈਂਦਾ ਇਹਦਾ, ਮਹਾਂਪੁਰਸ਼ ਨਾਲ ਪਿਆਰ ਪੈਂਦਾ, ਰੱਬ ਨੂੰ ਤਾਂ ਇਹਨੇ ਜਾਣਿਆ ਨਹੀਂ ਹੈ। ਮਹਾਂਪੁਰਸ਼ ਦਾ ਜਦ ਵਜੂਦ ਅੰਦਰ ਆ ਜਾਂਦਾ ਹੈ, ਉੱਥੇ ਪਾਪ ਨਹੀਂ ਰਿਹਾ ਕਰਦੇ, ਪਵਿੱਤਰ ਹੋ ਜਾਇਆ ਕਰਦੇ। ਇਸੇ ਕਰਕੇ ਗੁਰੂ ਮਹਾਰਾਜ ਨੇ ਐਸਾ ਫਰਮਾਨ ਕਰਿਆ, ਐਵੇਂ ਹੱਟ, ਸਾਨੂੰ ਅਸੀਂ ਹੱਟ ਕਿਤਾਬਾਂ ਪੜ੍ਹ ਲੈਂਦੇ ਹਾਂ, ਬਹੁਤ ਹੱਟ ਵਿੱਚ ਆ ਜਾਂਦੇ ਹਾਂ, ਆਪਣਾ ਸਾਰਾ ਹੀ ਕੰਮ ਵਿਗਾੜਿਆ ਪਿਆ। ਸ਼ਬਦ ਮੰਤਰ ਮੰਨ, ਹੁਣ ਗੁਰੂ ਦੀ ਮੂਰਤ ਕਿਹੜੀ ਹੋਈ? ਦੋ ਤਰੀਕੇ ਨੇ, ਅਣਜਾਣ ਬੰਦੇ ਨੂੰ ਤਾਂ ਕਹਿੰਦੇ ਨੇ ਜਿਹੜਾ ਗੁਰੂ ਦਾ ਵਜੂਦ ਹੈ ਉਹਦਾ ਧਿਆਨ ਤੂੰ ਆਪਣੇ ਅੰਦਰ ਲੈ ਲੈ, ਜਿਹੜਾ ਇਹ ਤੋਂ ਉੱਪਰ ਆ ਉਹਨੂੰ ਕਹਿੰਦੇ ਤੂੰ ਸ਼ਬਦ ਦਾ ਧਿਆਨ ਧਾਰ, ਸ਼ਬਦ ਗੁਰੂ ਹੁੰਦਾ, ਸ਼ਬਦ ਹੈ ਵਾਹਿਗੁਰੂ ਹੈ, ਤੂੰ ਉਹਦਾ ਧਿਆਨ ਧਾਰ, ਵਜੂਦ ਗੁਰੂ ਦਾ ਜਿਹੜਾ ਗੁਰੂ ਹੋ ਚੁੱਕਿਆ, ਸ਼ਬਦ ਰੂਪ ਹੈ ਤੇਰੇ ਅੰਦਰ ਬਾਹਰ ਸਾਰੇ ਪਰਿਪੂਰਨ ਹੈ, ਤੂੰ ਉਹਦੀ ਹੋਂਦ ਦਾ ਧਿਆਨ ਧਰ। ਉਹਦੀ ਹੋਂਦ ਨਾਲ ਧਿਆਨ ਧਰ ਕੇ ਕੀ ਹੋਏਗਾ? ਉਹ ਗੈਰ ਹਾਜ਼ਰ ਨਹੀਂ ਹੋਏਗਾ, ਅੰਦਰ ਹਾਜ਼ਰ ਰਹੇਗਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ, ਅੰਦਰ ਬਾਹਰ ਮੇਰਾ ਗੁਰੂ ਹੈ। ਕਦੇ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦੇ ਜਿਹੜੇ ਉੱਤਮ ਜਗਿਆਸੂ ਹੁੰਦੇ ਨੇ ਸੰਗਤ ਕਰਨ ਵਾਲੇ, ਉਹਨਾਂ ਕਦੇ ਨਹੀਂ ਕਿਹਾ ਵੀ ਸਾਡਾ ਮਹਾਂਪੁਰਸ਼ ਚੜ੍ਹਾਈ ਕਰ ਗਿਆ, ਉਹ ਮੰਨਦੇ ਹੀ ਨਹੀਂ ਹੈ। ਉਹ ਕਹਿੰਦੇ ਹਾਜ਼ਰ ਨਾਜ਼ਰ ਜਾਣਾ ਕਿੱਥੇ ਸੀ, ਉਹਨੇ ਮੇਰੇ ਨਾਲ ਹੈ ਗੁਰ, ਮੇਰੇ ਸੰਗ ਸਦਾ ਹੈ ਨਾਲ, ਮਹਾਤਮਾ ਨਹੀਂ ਜਾਇਆ ਕਰਦੇ ਕਦੇ ਵੀ। ਆਪਣਾ ਫੇਥ ਸ਼ੇਡ ਹੋ ਜਾਂਦਾ, ਫੇਲ ਹੋ ਜਾਂਦਾ। ਗੁਰੂ ਗੁਰੂ ਨਾਨਕ ਸਾਹਿਬ ਨੂੰ ਗਿਆ ਸਮਝਦਾ ਸੀ, ਫਿਰ ਅਰਦਾਸਾਂ ਕਿਉਂ ਕਰਦੇ? ਉਹਦੀ ਹਾਜ਼ਰੀ ਅਨੁਭਵ ਕਰੋ, ਜਦ ਉਹਦੀ ਹਾਜ਼ਰੀ ਅਨੁਭਵ ਕਰਾਂਗੇ ਉਹਦੇ ਨਾਲ ਸਾਡਾ ਦੁਆਇਸ਼ ਹੋਏਗਾ, ਪਿਆਰ ਆਏਗਾ, ਅੱਖਾਂ 'ਚੋਂ ਵਾਧੂ ਆਉਣਗੇ, ਉਹਨੂੰ ਖਿੱਚਾਂਗੇ ਆਪਣੇ ਵੱਲ ਨੂੰ। ਇਹ ਦੂਸਰੀ ਮੰਜ਼ਿਲ ਹੈ। ਤੀਸਰੀ ਮੰਜ਼ਿਲ ਇਹ ਹੋਇਆ ਕਰਦੀ ਹੈ ਵੀ ਇਹ ਸੱਤ ਆ ਵੀ ਇੱਥੇ ਵਾਹਿਗੁਰੂ ਪਰਿਪੂਰਨ ਹੈ, ਲੇਕਿਨ ਨਿਸ਼ਚਾ ਨਹੀਂ ਹੈ। ਇਹਨੂੰ ਮੰਜ਼ਿਲ ਮਾਰਫਤ ਕਹਿੰਦੇ ਨੇ। ਚੌਥੀ ਮੰਜ਼ਿਲ ਹੋਇਆ ਕਰਦੀ ਹੈ ਲਿਵ ਦੀ। ਉਹ ਲਿਵ ਦੇ ਲਿਵ ਬਾਕੀ ਚੀਜ਼ਾਂ ਤੋਂ ਧਿਆਨ ਹਟ ਜਾਂਦਾ, ਪਰਮੇਸ਼ਰ ਵੱਲ ਧਿਆਨ ਲੱਗ ਜਾਂਦਾ, ਗੁਰੂ ਵੱਲ ਧਿਆਨ ਲੱਗ ਜਾਂਦਾ, ਫਿਰ ਉਹਦਾ ਪਿਆਰ ਸ਼ੁਰੂ ਹੋ ਜਾਂਦਾ ਅੰਦਰ। ਪੰਜਵੀਂ ਜਿਹੜੀ ਹੈ ਇਹ ਹੋਇਆ ਕਰਦੀ ਹੈ ਏਕਤਾ ਦੀ, ਬਹਿਦੀਅਤ ਦੀ। ਉਹਦੇ ਨਿਕਲਣਾ ਨਾ,
ਛੇਵੀਂ ਹੋਇਆ ਕਰਦੀ ਹੈ ਬਚਤ ਦੀ, ਸੱਤਵੀਂ ਗੁਰੂ ਜਦ ਉਸ ਥਾਂ 'ਤੇ ਚੜ੍ਹ ਜਾਂਦਾ, ਇੱਕ ਪੌੜੀ ਹੁੰਦੀ ਹੈ ਗੁਰੂ ਨਾਨਕ ਨਜ਼ਰੀ ਨਜ਼ਰ ਨਿਹਾਲ, ਚਾਹੇ ਗੁਰੂ ਚਲਿਆ ਗਿਆ ਚਾਹੇ ਇੱਥੇ ਆ, ਕਦੇ ਨਾ ਜਾਣੇ ਵੀ ਗੁਰੂ ਮੇਰਾ ਗਿਆ। ਜਿਹੜਾ ਬੰਦਾ ਇਹ ਸਮਝਦਾ ਨਾ ਮੇਰਾ ਗੁਰੂ ਚਲਿਆ ਗਿਆ, ਉਹ ਡੈਡ ਹੋ ਗਿਆ, ਉਹਦਾ ਉਹਦੇ ਕੋਲ ਕੁਛ ਵੀ ਨਹੀਂ ਰਿਹਾ। ਜਿਹੜਾ ਕਹਿੰਦਾ ਗੁਰੂ ਮੇਰੇ ਨਾਲ ਹੈ, ਮੇਰੇ ਨਾਲ ਹੈ, ਮੈਨੂੰ ਗਾਈਡ ਕਰੋ, ਅੰਦਰੋਂ ਗੁਰੂ ਗਾਈਡ, ਉਹ ਐਸੀ ਸੰਗਤ 'ਚ ਲੈ ਕੇ ਚਲਾ ਜਾਂਦਾ ਜਿੱਥੇ ਉਹਦੇ ਸੰਸੇ ਸਾਰੇ ਉੱਤਰ ਜਾਂਦੇ ਨੇ। ਉਹ ਫਿਰ ਉਹਨੂੰ ਉਹਦੇ ਵਿੱਚੋਂ ਮੈਂ ਪੂਰੀ ਤਰ੍ਹਾਂ ਨਾਲ ਨਾਸ਼ ਕਰਕੇ ਉਹਨੂੰ ਕੀ ਬਣਾਊਗਾ? ਖਾਲਸਾ। ਖਾਲਸਾ ਕੌਣ ਹੈ? ਆਤਮ ਰਸ ਜੇ ਜਾਣੀ ਸੋਐ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਹੀਂ ਪੇ, ਜਾਂ ਮੈਂ ਰੰਚ ਨਾ ਮਿਥਿਆ ਪਾਖੀ ਪਾਰ ਬ੍ਰਹਮ ਗੁਰੂ ਨਾਨਕ ਸੱਚ। ਮੈਂ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਗੱਲ ਕਹਿੰਦਾ, ਮੈਂ ਉਹਨਾਂ ਦੀ ਗਵਾਹੀ ਦੇ ਕੇ ਕਹਿੰਦਾ ਪਾਰ ਬ੍ਰਹਮ ਦੀ ਅਤੇ ਗੁਰੂ ਨਾਨਕ ਦੀ, ਅਤੇ ਜਿਹੜੇ ਅਸੀਂ ਬਚਨ ਕਿਹਾ ਮੰਨੋ ਹੈ, ਉਹ ਹੈ ਸਾਰੇ ਪਰਮੇਸ਼ਰ, ਦੁਆਇਤ ਕਰਕੇ ਇਹਦੇ 'ਚ ਮੈਂ ਤੂੰ ਨਜ਼ਰ ਆਉਂਦਾ। ਸੋ ਇਸ ਤਰ੍ਹਾਂ ਉਹ ਅਧਿਆਤਮੀ ਕਰਮ ਕਰਦਾ ਹੈ, ਗੱਲ ਨੂੰ ਪਕਾਉਣ ਵਾਸਤੇ ਉਹ ਫੁੱਲ ਜਿਹੜੇ ਮੈਂ ਤਿੰਨ ਦੱਸੇ ਨੇ ਉਹਨਾਂ ਨਾਲ ਪੂਜਾ ਕਰਦਾ, ਇਕਾਗਰ ਚਿੱਤ ਹੋ ਕੇ ਨਿਰੁੱਧ ਅਵਸਥਾ 'ਚ ਪਹੁੰਚਦਾ। ਕਰਮ ਕਰੇ ਅਧਿਆਤਮੀ, ਹੋਰ ਕਿਸੇ ਨਾ ਅਜਰ ਲਾਵੇ। ਉਹ ਜਿਹੜੀ ਜਰੀ ਨਾ ਜਾਣ ਵਾਲੀ ਵੇਵਸ ਦੀ ਉਹਦੇ ਅੰਦਰ ਦੁਨੀਆ ਪੈਦਾ ਹੋ ਗਈ ਪਿਆਰ ਦੀ ਗਿਆਨ ਦੀ, ਉਹ ਕਿਸੇ ਨੂੰ ਦੱਸਦਾ ਨਹੀਂ ਹੈ, ਚੁੱਪ ਅੰਦਰ ਜਲ ਰਿਹਾ, ਕਿਉਂਕਿ ਸੰਭਲਣੀ ਬਹੁਤ ਔਖੀ ਹੈ। ਇੱਕ ਵਾਰੀ ਬਾਪੂ ਜੀ, ਬੀਬੀ ਜੀ ਦੇ ਪਿਤਾ ਜੀ ਮਹਾਰਾਜ ਦੇ ਤਾਬੇ ਵਿੱਚ, ਉਹ ਅਵਸਥਾ ਆਈ ਸਾਂਭੀ ਨਾ ਗਈ, ਜਾ ਕੇ ਛੱਤ ਨਾਲ ਲੱਗ ਗਏ, ਫਿਰ ਆਏ, ਫਿਰ ਜਾ ਕੇ ਛੱਤ ਨਾਲ ਲੱਗ ਗਏ, ਫਿਰ ਇੱਧਰੋਂ ਦੀ ਹੋ ਕੇ ਆਏ ਗੁਰਦੁਆਰੇ ਦੇ ਨਾਲ ਨਾਲ, ਲੰਮੇ ਪੈ ਗਏ, 6 ਘੰਟੇ ਲੰਮੇ ਪੈ ਗਏ। ਭਾਈ ਸਾਹਿਬ ਦੇਖਦੇ ਨੇ ਰਣਧੀਰ ਸਿੰਘ ਜੀ, ਕਹਿੰਦੇ ਉਹਦੇ ਬਾਡੀ 'ਚੋਂ ਫਲੈਸ਼ ਨਿਕਲਦੇ ਸੀ, ਸਾਰੇ ਚੁੱਪ ਕਰਕੇ 6 ਘੰਟੇ ਕੋਈ ਬੰਦਾ ਨਹੀਂ ਲਿਆ, ਇੰਨਾ ਰਸਤਾਰੀ ਹੋ ਗਿਆ। ਉਸ ਇਹਨੂੰ ਕਹਿੰਦੇ ਨੇ ਅਜਰ ਨੂੰ ਜਰਨਾ, ਬੜਾ ਔਖਾ ਹੈ ਅਜਰ ਜਰਨਾ। ਲੇਕਿਨ ਇਹ ਬੇਣੀ ਜਿਹੜਾ ਸੀ ਨਾ, ਇਹ ਕਰਮ ਕਰੇ ਅਧਿਆਤਮੀ, ਹੋਰ ਕਿਸੇ ਨਾ ਅਜਰ ਲਿਖਾਵੇ, ਪਤਾ ਹੀ ਨਹੀਂ ਲਿਖਣ ਦਿੱਤਾ। ਹੁਣ ਘਰ ਵਿੱਚ ਮਾਂ ਕਹਿੰਦੀ ਬੇਟਾ ਤੂੰ ਤਾਂ ਰੋਜ਼ ਚਲੇ ਜਾਂਦਾ, ਰੋਜ਼ ਚਲੇ ਜਾਂਦਾ, 1 ਮਹੀਨਾ ਹੋ ਗਿਆ 2 ਮਹੀਨਾ ਹੋ ਗਿਆ, ਹੁਣ ਦੱਸੋ ਅਸੀਂ ਖਾਈਏ ਪੀਏ ਕਿੱਥੋਂ? ਤੂੰ ਹੀ ਕਮਾਊਂਗਾ, ਤੂੰ ਹੀ ਕਹਿੰਦਾ ਮੈਂ ਪਹਿਲਾਂ, ਮੈਨੂੰ ਇਹ ਤਾਂ ਦੱਸ ਵੀ ਜਾਂਦਾ ਕਿੱਥੇ? ਕਿਉਂਕਿ ਘਰ ਆਇਆ ਜਾਂ ਪੁੱਛੀਏ, ਉਹ ਕਹੇ ਰਾਜ ਦਿਆ ਦੁਆਰ ਗਿਆ ਅਲਾਵੇ, ਇਸ ਤਰ੍ਹਾਂ ਨਾਲ ਕਹਿੰਦਾ ਪੜੋ ਪਿਆਰ ਨਾਲ। ਸਾਰੇ ਰਾਜਿਆਂ ਤੋਂ ਵੱਡਾ ਮਹਾਰਾਜਾ, ਉਸ ਦੀ ਮੈਂ ਕਰਾਂ ਜਾਗਰੀ, ਰਾਜਿਆਂ ਤੋਂ ਵੱਡਾ ਮਹਾਰਾਜਾ, ਉਸ ਦੀ ਮੈਂ ਕਰਾਂ ਜਾਗਰੀ, ਆਹ
ਸਭ ਤੋਂ ਵੱਡਾ ਰਾਜਾ ਹੈ, ਕਰੋੜਾਂ ਬ੍ਰਹਮੰਡਾਂ ਦਾ ਰਾਜਾ, ਮੈਂ ਉਹਦੀ ਚਾਕਰੀ ਕਰ ਰਿਹਾ। ਜਿਹੜਾ ਵਾਹਿਗੁਰੂ 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 ਕਰਨਾ ਹੈ ਨਾ, ਇਹ ਵਾਹਿਗੁਰੂ ਦੀ ਚਾਕਰੀ ਹੈ। ਕੋਈ ਕਰਕੇ ਦੇਖ ਲਓ, ਜੇ ਕਹੇ ਵੀ ਕੰਮ ਕਿਵੇਂ ਚੱਲਣਾ, ਕੰਮ ਅਸੀਂ ਨਹੀਂ ਚਲਾਉਂਦੇ, ਇਹਨੂੰ ਸਰੀਰ ਨੂੰ ਦਰੰਗ ਕਰਦੇ ਫਿਰ ਕਰ ਲਏਗਾ, ਇਹ ਤਾਂ ਵਾਹਿਗੁਰੂ ਕਰਾ ਰਿਹਾ ਸਾਰਿਆਂ ਦਾ ਕੰਮ। ਮੈਂ ਵਾਧੂ ਦਾ ਬੜਿਆ ਵਿੱਚ, ਐਵੇਂ ਆਪਣੀ ਹੋਂਦ ਮੈਂ ਵਿੱਚ ਲਿਆ ਰਿਹਾ ਹਰੇਕ ਗੱਲ ਦੇ ਅੰਦਰ। ਮੈਂ ਕਰ ਰਿਹਾ, ਮੈਂ ਕਰ ਰਿਹਾ, ਮੈਂ ਨਾ ਕਰਾਂ ਟੱਬਰ ਭੁੱਖਾ ਮਾਰੀ, ਇਹ ਗੱਲ ਨਹੀਂ ਹੁੰਦੀ। ਇਹ ਹੋਈ ਤਾਂ ਹੈ ਜਦ ਅਸੀਂ ਮੈਂ ਧਾਰਨ ਕਰਦੇ, ਫਿਰ ਤੁਰੇ ਫਿਰੋ ਮਹਾਰਾਜ ਕਹਿੰਦਾ ਕਿੱਥੇ ਜੀ ਕਰਦਾ। ਸੋ ਇਸ ਤਰ੍ਹਾਂ ਘਰ ਆਇਆ ਜਾਂ ਪੁੱਛਿਆ ਰਾਜ ਦੁਆਰ ਗਿਆ, ਕਹਿਆ ਲਾਵੇ ਘਰ ਸਭ ਵੱਥੂ ਮੰਗੀਆਂ ਬਲ ਛਲ ਕਰਕੇ ਝੱਟ ਲੈ, ਇਹ ਬਹਾਨੇ ਬੁਨੇ ਕਰਕੇ ਬੋਲਦਾ ਤਾਂ ਸੱਚ ਸੀ, ਕਿਉਂਕਿ ਵਾਹਿਗੁਰੂ ਸਾਰਿਆਂ ਤੋਂ ਵੱਡਾ ਰਾਜਾ ਉਹੀ ਹੈ, ਉਹਦੀ ਚਾਕਰੀ ਕਰਦਾ ਸੀ। ਹੁਣ ਇੱਕ ਐਸਾ ਸਟੈਪ ਆ ਗਿਆ, ਵਾਹਿਗੁਰੂ ਕਦੇ ਵੀ ਸੰਤਨ ਦੁੱਖ ਪਾਏ ਅਤੇ ਦੁਖੀ ਸੁੱਖ ਪਾਏ, ਸਾਰੇ ਸੰਤ ਨੂੰ ਕੋਈ ਤਕਲੀਫ ਹੋ ਜਾਵੇ ਉਹਦੇ ਪਿਆਰੇ, ਉਹਨੂੰ ਤਕਲੀਫ ਹੋ ਜਾਂਦੀ ਹੈ ਵਾਹਿਗੁਰੂ। ਮਹਾਰਾਜ ਕਹਿੰਦੇ ਉਹਦਾ ਇੰਟਰ ਕਮਿਊਨੀਕੇਸ਼ਨ ਕਿੰਨਾ ਪਰਬਲ ਹੈ। ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚ ਤਾਏ, ਚੀਟੀ ਕੀ ਪੁਕਾਰ ਪਹਿਲਾਂ ਹੀ ਸੁਣੀਆਂ ਤਾਂ ਨਹੀਂ, ਕੀੜੀ ਦੀ ਕਿਹੜੀ ਆਵਾਜ਼ ਹੈ, ਕੀੜੀ ਦੀ ਆਵਾਜ਼ ਪਹਿਲਾਂ ਸੁਣ ਲੈਂਦਾ। ਵਾਹਿਗੁਰੂ ਆਪਣੇ ਪਿਆਰਿਆਂ ਨੂੰ ਕਦੇ ਦੁਖੀ ਨਹੀਂ ਹੋਣ ਦਿੰਦਾ, ਦੇਖ ਲਓ ਬੇਪਰਵਾਸ। ਉਹਨਾਂ ਨੇ ਬਹੁਤ ਮਾੜਾ ਕਿਹਾ ਮਾਂ ਨੇ ਵੀ ਇਹ ਰਾਜਾ ਤੇਰਾ ਨਾ ਕਸਾਈ ਹੈ, ਕਸਾਈ ਕਿੰਨੇ ਮਹੀਨੇ ਹੋ ਗਏ ਤੈਨੂੰ, ਥੋੜ੍ਹਾ ਬਹੁਤਾ ਐਡਵਾਂਸ ਦਿੰਦਾ, ਕੁਛ ਤਾਂ ਤੇਰੀ ਮਦਦ ਕਰਦਾ। ਕਹਿੰਦਾ ਮਾਂ ਐ ਨਾ ਕਹਿ, ਉਹਦੇ ਵਰਗਾ ਤਾਂ ਦਿਆਲੂ ਦੁਨੀਆਂ 'ਚ ਹੈ ਹੀ ਕੋਈ ਨਹੀਂ, ਸਦਾ 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 ਦਿਆ, ਸਿਮਰ ਸਿਮਰ ਨਾਨਕ ਭਏ।
ਉਹਦੇ ਵਰਗਾ ਨਹੀਂ ਹੈ ਕੋਈ ਵੀ ਦਿਆਲੂ ਦੁਨੀਆਂ 'ਤੇ, ਮਾਂ ਮਾੜਾ ਨਾ ਕਰ, ਮਾੜਾ ਨਹੀਂ ਹੈ। ਹੋਰਾਂ ਗੱਲਾਂ ਤੋਂ ਨਹੀਂ ਉਹ ਦੁਖੀ ਹੋਇਆ, ਮਾਂ ਰੋਜ਼ ਕਲੇਸ਼ ਕਰਦੀ ਸੀ ਉਹਦੇ ਨਾਲ, ਤੂੰ ਮਖੱਟੂ ਜੰਮਿਆ ਤੂੰ ਫਲਾਣਾ, ਉਹ ਮੰਨਦਾ ਨਹੀਂ, ਪਰ ਅੱਜ ਉਸਨੇ ਮੰਨ ਲਿਆ ਵੀ ਮੇਰੇ ਮਾਲਕ ਨੂੰ ਇਹਨੇ ਇਹ ਗੱਲਾਂ ਕਹਿ ਦੀ। ਅੱਜ ਉਹਦਾ ਚਿੱਤ ਜਿਹੜਾ ਹੈ, ਭਾਵੇਂ ਆਤਮ ਸਰੂਪ ਜਾਣਦਾ, ਆਤਮ ਸਰੂਪ ਵਾਲਾ ਡੈਡ ਨਹੀਂ ਹੋਇਆ ਕਰਦਾ, ਉਹਦੇ 'ਚ ਪੂਰੀ ਜ਼ਿੰਦਗੀ ਹੋਇਆ ਕਰਦੀ। ਉਹ ਜਦੋਂ ਉਹਨੇ ਪਰਮੇਸ਼ਰ ਨੇ ਦੇਖਿਆ, ਹੁਣ ਹੋਇਆ ਕਿ ਭਾਈ ਗੁਰਦਾਸ ਜੀ ਕਹਿੰਦੇ ਵੱਡਾ ਸਾਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਦੇ ਆਵੇ। ਹੁਣ ਉਹ ਪਰਮੇਸ਼ਰ ਦੀ ਕੀ ਹੈ, ਉਹ ਆਪਣੇ ਭਗਤਾਂ ਦੀ ਸਦਾ ਹੀ ਪੈਚ ਰੱਖਦਾ, ਕਦੇ ਆਪਣੇ ਭਗਤ ਨੂੰ ਨਹੀਂ ਤੁਸੀਂ ਆਉਣ ਦਿੰਦਾ। ਪ੍ਰਭ ਜੀ ਰਾਜੇ ਵਾਲਾ ਪੇਸ ਤਾਰ ਕੇ ਆ ਗਿਆ ਮੇਰੀ ਮਨ ਪਰਮੇਸ਼ੁਰ ਤੇ ਆਵੇ। ਜੰਗਲ 'ਚ ਬੈਠਾ ਕੋਈ ਫੁਰਨਾ ਨਹੀਂ ਹੈ, ਦੁੱਖ ਹੈ, ਹੋਕੇ ਨਹੀਂ ਅੰਦਰ। ਮੇਰੇ ਮਾਲਕ ਨੂੰ ਅੱਜ ਮਾਂ ਨੇ ਗੱਲਾਂ ਅੱਛੀਆਂ ਨਾ ਕਹੀ, ਬਹੁਤ ਕਸਾਈ ਬਣਾ ਦਿੱਤਾ। ਉਸ ਵੇਲੇ ਸੰਤ ਦਾ ਦਿਲ ਦੁੱਖ ਗਿਆ। ਜਦੋਂ ਵੀ ਮਹਾਤਮਾ ਦਾ ਦਿਲ ਦੁੱਖਦਾ ਉਸ ਵੇਲੇ ਕੋਪ, ਪ੍ਰਭੂ ਕੋਪ ਵਿੱਚ ਆ ਜਾਂਦਾ।
ਉਸ ਵੇਲੇ ਉਹਨੇ ਰੂਪ ਬਣਾਉਣਾ, ਉਹਨੂੰ ਕੀ ਹੈ ਪੈ ਸਵਾਰੇ ਭਗਤੀ ਰਾਜਾ ਹੋਏ ਕਿ ਕਰਜ਼ਾ ਲਿਆਵੇ, ਉੱਥੇ ਆ ਕੇ ਪੁੱਛਣਾ ਸ਼ੁਰੂ ਕਰ ਦਿੱਤਾ। ਦੱਸਿਆ ਵੀ ਆਇਆ ਬੇੜੀ ਦਾ ਘਰ ਆ ਸਾਹਮਣੇ, ਕਹਿੰਦੇ ਕਿਹੜਾ, ਕਹਿੰਦੇ ਆ ਹੁਣ ਜਿਹੜਾ ਸਮਾਨ ਲਿਆਇਆ ਸੀ ਉਹ ਤਾਂ 10 ਘਰਾਂ 'ਚ ਨਹੀਂ ਸੀ ਆਉਂਦਾ, ਰੱਬ ਨੇ ਜੇ ਸਮਾਨ ਦੇਣਾ ਥੋੜ੍ਹੇ ਬੋਰੀ ਆਟੇ ਦੀ ਥੋੜ੍ਹੀ ਦੇ ਕੇ ਜਾਊਗਾ। ਬਾਬੇ ਫਰੀਦ ਨੇ ਕਿਹਾ ਭਜਨ ਕਰਦੇ ਨੇ ਵੀ ਇਹ ਅੱਲਾ ਤਾਲਾ ਅੱਜ ਸਾਡੇ ਆਟਾ ਨਹੀਂ ਹੈ, ਨੋਣ ਵਿੱਚ ਮਸਾਲੇ ਸਭ ਮੁੱਕੇ ਹੋਏ ਨੇ, ਇੱਕ ਡੰਗ ਦਾ ਤੂੰ ਸਾਨੂੰ ਭੇਜ ਦੇ ਰਾਸ਼ਨ। ਉਹ ਜਦ ਆ ਗਿਆ ਉਹਨੂੰ ਕਿਹੜੀ ਦੇਰ ਲੱਗਦੀ ਸੀ, ਕਹਿੰਦੇ ਕਿਹੜਾ ਫਰੀਦ ਦਾ ਘਰ, ਕਹਿੰਦੇ ਆਈ ਹੈ। ਫਰੀਦ ਕਹਿਣ ਲੱਗੇ ਵੀ ਇਹ ਸਾਰਾ ਸਾਡੇ ਨੇ, ਉਹ ਕਹਿੰਦੇ ਹਾਂ ਸਾਡੇ ਨੇ, ਕਹਿੰਦੇ ਮੈਂ ਤਾਂ ਇੱਕ ਡੰਗ ਦਾ ਕਿਹਾ ਸੀ। ਉਹ ਕਹਿੰਦੇ ਪਿਆਰਿਆ ਜਿੱਡਾ ਵੱਡਾ ਰੱਬ ਹੈ ਉੱਦਾਂ ਹੀ ਵੱਡਾ ਉਹਦਾ ਡੰਗ ਹੈ, ਉਹ ਐਂ ਨਹੀਂ ਦਿੰਦਾ ਹੁੰਦਾ, ਜਦ ਦਿੰਦਾ ਫਿਰ ਚਾਰੇ ਵਧਾ ਕੇ ਦਿੰਦਾ। ਸੁਦਾਮਾ ਬੈਠਾ ਦੁਆਰਕਾ, ਉਹ ਮੁੱਠੀ ਪਾਉਂਦੇ ਨੇ ਮੂੰਹ 'ਚ, ਚਾਰੇ ਪਦਾਰਥ ਵੰਡ ਰਹੇ ਨੇ। ਉਹਨੂੰ ਉਸ ਵੇਲੇ ਰਾਣੀ ਨੇ ਦੇਖ ਲਿਆ, ਰਾਧਿਕਾ ਉਹਨੇ ਫੜ ਲਿਆ, ਰੁਕਮਣੀ ਨੇ ਕਿਹਾ ਸਾਰੇ ਹੀ ਉਹਨਾਂ ਨੂੰ, ਸਾਡੇ ਜੋਗਾ ਕੁਛ ਵੀ ਨਹੀਂ ਛੱਡਣਾ, ਵਾਪਸ ਆ ਕੇ ਕਿਤੇ ਇਹਦਾ ਮਹਾਦ ਬਣੇ ਪਏ ਸਾਰੇ। ਹੁਣ ਪਰਮੇਸ਼ਰ ਦੀ ਇੱਕ ਦ੍ਰਿਸ਼ਟੀ ਹੋਈ, ਮਾਂ ਆਈ, ਮਾਂ ਕਹਿੰਦੀ ਸਾਡਾ ਤਾਂ, ਕਹਿੰਦੇ ਆ ਭੇਜਿਆ ਰਾਜੇ ਨੇ, ਮਾਤਾ ਤੂੰ ਐਵੇਂ ਗਾਲਾਂ ਕੱਢਦੀ ਸੀ ਰਾਜੇ, ਰਾਜਾ ਤਾਂ ਬਹੁਤ ਅੱਛਾ ਹੈ, ਉਹ ਤੈਂ ਕਦੇ ਕਿਹਾ ਹੀ ਨਹੀਂ ਸੀ ਇਸ ਤਰ੍ਹਾਂ ਜਿਵੇਂ ਅੱਜ ਕਿਹਾ। ਕਹਿੰਦੀ ਇਹ ਤਾਂ ਸਾਡੇ ਘਰ 'ਚ ਨਹੀਂ ਆਉਣਾ, ਸਮਾਨ ਰੱਖੀ ਜਾਂਦੇ ਨੇ। ਉਹ ਖੜੀ ਹੈਰਾਨ ਹੋ ਗਈ, ਉਹਨੂੰ ਕੋਈ ਗੱਲ ਨਹੀਂ ਆਉਂਦੀ, ਗੱਲ ਕਿਉਂ ਨਹੀਂ ਆਉਂਦੀ, ਉਹ ਮਕਾਨ ਹੀ ਨਹੀਂ ਹੈ ਉਹਦਾ ਜਿਹੜਾ ਉੱਪਰ ਸੀਗਾ, ਬੜਾ ਭਾਰਾ ਮਹਿਲ ਬਣਾ ਦਿੱਤਾ ਉੱਥੇ। ਦੇ ਦਲਾਸਾ ਤੁਸਕੈ ਅਣਗਿਣਤੀ ਖਰਚੀ ਪੈਣਾ ਵਾ, ਇਹਨੇ ਵੀ 1,000, 2,000, 1,00,000, 2,00,000 ਨੂੰ ਕਹਿੰਦੇ ਅਣਗਿਣਤ, ਜਿਹੜਾ ਗਿਣਿਆ ਹੀ ਨਹੀਂ ਜਾ ਸਕਦਾ, ਇੰਨਾ ਧਨ, ਇੰਨੇ ਕੱਪੜੇ ਲੀੜੇ, ਹਰ ਚੀਜ਼ ਕਰ ਦਿੱਤੀ ਅੱਖ ਦੇ ਫੁਲਕਾਰੇ। ਉੱਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਵਜਾਵੈ, ਅੱਜ ਪਰਮੇਸ਼ਰ ਨੇ ਸਾਕਾਰ ਰੂਪ ਦੇ ਵਿੱਚ ਬੇਲੀ ਨੂੰ ਆ ਕੇ ਜੱਫੀ ਪਾ ਲਿਆ, ਬੇਲੀ ਤੇਰਾ ਦਿਲ ਦੁੱਖ ਗਿਆ, ਮੈਨੂੰ ਇਹ ਪਹਿਲਾਂ ਆ ਜਾਣਾ ਚਾਹੀਦਾ ਸੀ, ਮੇਰੇ ਭਗਤਾ ਦਿਲ ਨਾ ਦੁਖਦਾ, ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਪੈਜ ਭਗਤ ਜਨਾ ਜੈਕਾਰ ਕਰਾਵੇ ਸੰਤਾਂ ਦੀ, ਉਹ ਹੇਠ ਹੀ ਨਹੀਂ ਕਦੇ ਵੀ ਕਰਾਉਂਦਾ, ਜੇ ਰਾਮਦੇਵ ਦੇ ਪੂਰੇ ਮਾਰ ਕੇ ਗਊ ਸੁੱਟਤੀ, ਹੇਠ ਹੀ ਨਹੀਂ ਕਰਾਈ ਉਹਨੇ, ਗਊ ਵੀ ਜਿਉਂਦੀ ਕਰਤੀ, ਦੁੱਧ ਵੀ ਚੁਆਤਾ, ਰਾਜੇ ਨੇ ਵੀ ਸੁਆਦ ਦਿਖਾਤਾ, ਨਾਮਦੇਵ ਦੇ ਅੱਗੇ ਘਾਹ ਮੂੰਹ 'ਚ ਲਈ ਦਿੰਦਾ, ਬਖਸ਼ੀ ਹਿੰਦੂ ਮੈਂ ਤੇਰੀ ਖਾਏ, ਮੈਨੂੰ ਗਾਇਨ ਸਮਝ ਕੇ ਬਖਸ਼ ਲੈ। ਸੋ ਇਹ ਤਾਂ ਜੁਗਾ ਜਗੰਤਰਾ ਤੋਂ ਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਅਤੇ ਭਗਤਾਂ ਦਾ ਜਿਹੜਾ ਸੰਬੰਧ ਹੈ ਨਾ, ਪੈਤ ਜੁਗੋ ਜੁਗ ਰੱਖਦਾ ਆਹ
ਜੁਗ ਭਗਤਾ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਿਸ਼ ਦੁਸ਼ਟਾਂ ਮਾਰਿਆ ਪ੍ਰਹਿਲਾਦ, ਹੰਕਾਰੀਆਂ ਨਿੰਦਕਾਂ ਪਿੱਠਦੇ ਨਾਮ ਦਿਓ ਮੁਖ। ਸੋ ਉਹਦਾ ਤਾਂ ਇਹ ਪਰਮ ਫਰਜ਼ ਹੈ, ਉਹਦਾ ਬਣ ਜਾਓ ਇੱਕ ਸੱਜਣ ਸਭ ਸੱਜਣ, ਇੱਕ ਵੈਰੀ ਸਭ ਵਾਰ, ਚਾਹੇ ਤਾਂ ਉਹਨੂੰ ਉਹਦੇ ਵੱਲੋਂ ਪਿੱਠ ਮੋੜ ਲਓ, ਚਾਹੇ ਉਹਨੂੰ ਆਪਣਾ ਮਿੱਤਰ ਬਣਾ ਲਓ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੈਂਦੀ ਮਾਇਆ ਦੀ ਮੈਂ ਬਾਤ ਕਰੀ ਸੀ ਵੀ ਇਹ ਟੁੱਟਦੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਾਧੂ ਦਾ ਮਿਲਾਪ ਨਹੀਂ ਹੋਇਆ ਕਰਦਾ, ਗੁਰੂ ਦੇ ਵਚਨ ਦੀ ਕਮਾਈ ਨਹੀਂ ਕਰਦਾ, ਅਤੇ ਵਿਰਾਗ ਪੈਦਾ ਹੋਵੇ, ਸਾਰੀ ਦੁਨੀਆ ਦੇ ਸੁੱਖ ਛੱਡ ਕੇ ਵਾਹਿਗੁਰੂ ਨਾਲ ਦੋਸਤੀ ਪਾਲਵੇ, ਫਿਰ ਮੈਨੂੰ ਤੇਰੇ ਬਿਨਾਂ ਚਾਹੀਦਾ ਹੀ ਕੁਛ ਨਹੀਂ, ਕੋਈ ਚੀਜ਼ ਨਹੀਂ ਮੈਂ ਮੰਗਦਾ, ਸੂਲ ਸਰਾਈ ਖੰਜਰ ਪਿਆਲਾ ਲਿੰਗ ਕਸਾਈਆਂ ਦਾ ਸਹਿਣਾ, ਯਾੜੇ ਦਾ ਸਾਨੂੰ ਸੱਤਰ ਚੰਗਾ ਹੱਠ ਕਿਹੜਿਆਂ ਕਰ ਮੰਗਿਆ ਗੁਰੂ ਮਹਾਰਾਜ ਨੇ। ਉਹ ਕਹਿੰਦੇ ਸੂਲ ਸਰਾਈ ਖੰਜਰ ਪਿਆਲਾ, ਇਹ ਮੈਨੂੰ ਨਹੀਂ ਹੈ, ਮੈਨੂੰ ਤੇਰੀ ਰਜ਼ਾ ਤੇਰੇ ਪਿਆਰ ਦੇ ਵਿੱਚ, ਮੈਨੂੰ ਆ ਸੱਥਰੇ ਚੰਗਾ ਮਾਛੀ ਵਾਲੇ ਜਮ ਪੈ ਸੀ ਮਹਾਰਾਜ। ਸੋ ਇਸ ਕਰਕੇ ਸਾਧ ਸਿੰਘ ਜੀ ਮਹਾਂਪੁਰਸ਼ਾਂ ਦੀਆਂ ਮਿਸਾਲਾਂ ਲਾਈਟ ਆਫ ਹਾਊਸ ਹੁੰਦੇ ਨੇ, ਇਹਦੇ ਵਿੱਚ ਕਿੰਨਾ ਕੁਛ ਆਪਾਂ ਨੇ ਉਹਨਾਂ ਦੇ ਜੀਵਨ 'ਚੋਂ ਦੇਖਿਆ। ਵਾਹਿਗੁਰੂ ਦੇਣ ਲੱਗਿਆ ਕਿਸੇ ਨੂੰ ਪੁੱਛਦਾ ਨਹੀਂ ਹੈ, ਬਗੈਰ ਮੰਗਿਆ ਤਾਂ ਹੀ ਦਾਤਾਂ ਦੇਣੀਆਂ ਸ਼ੁਰੂ ਕਰ ਦਿੰਦੇ, ਉਹਦੇ ਨਾਲ ਪਿਆਰ ਪਾਓ। ਦੂਸਰਾ ਇਹ ਹੈ ਜਿਹੜਾ ਮੈਂ ਮੇਨ ਮੇਰੀ ਗੱਲ ਹੈ, ਕਮ ਅਜ਼ ਕਮ ਇੰਨਾ ਤਾਂ ਆਪਾਂ ਨੇਚਾ ਕਰ ਲਓ ਨਾ ਵੀ ਮੈਂ ਸਰੀਰ ਨਹੀਂ ਹੈਗਾ, ਸਰੀਰ ਦੇ ਵਿੱਚ ਰਹਿਣ ਵਾਲਾ, ਚਲੋ ਅੱਜ ਜੀਵ ਆਤਮਾ ਕਹਿ ਲਓ, ਲੇਕਿਨ ਤੁਸੀਂ ਆਤਮਾ ਇੱਕੋ ਹੀ ਹੈ, ਜਿਹੜਾ ਮੇਰੇ 'ਤੇ ਹੋਈ ਤੁਹਾਡੇ 'ਤੇ, ਇੱਥੇ ਕੋਈ ਵੱਖਰੀ ਬਾਤ ਨਹੀਂ। ਇਹ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੱਤ ਕੋ ਫਿਰੇ, ਆਪੇ ਹੀ ਆਪਣੀ ਮੌਜ ਦੇ ਵਿੱਚ ਪਰਮੇਸ਼ੁਰ ਖੇਲ ਰਿਹਾ। ਸੋ ਹੁਣ ਅਗਲਾ ਪ੍ਰੋਗਰਾਮ ਇਹ ਕਰਨਗੇ, ਇੱਥੇ ਹੀ ਮੈਂ ਫਤਿਹ ਬੁਲਾਉਣਾ। ਦੂਜੀ ਬਾਤ ਇਹ ਹੈ, ਆਤਮਾਰਗ ਦੀ ਬਾਤ ਕਰ ਰਹੇ ਸੀ, ਉਹ ਆ ਕੇ ਮੈਂ ਲਿਖਾਉਣ ਤਾਂ ਕੁਛ ਹੋਰ ਹੀ ਲੱਗਿਆ ਸੀ, ਉਹ ਲਿਖਿਆ ਹੋਰ ਹੀ ਗਿਆ। ਆਪਾਂ ਸਾਰੇ ਤਕੜੇ ਹੋ ਕੇ ਕੰਮ ਕਰੀਏ, ਸੁਚੇਤ ਹੋ ਕੇ ਸੇਵਾ ਕਰੀਏ, ਸੇਵਾ ਹੈ ਗੁਰੂ ਮਹਾਰਾਜ ਦੀ, ਉਹ ਜਿਹੜਾ ਕਰ ਲੂਗਾ ਉਹਨੂੰ ਕੋਈ ਘਾਟਾ ਨਹੀਂ ਰਹਿ, ਕੋਈ ਦੁੱਖ ਨਹੀਂ ਹੋਏਗਾ, ਆਪ ਪਰਮੇਸ਼ੁਰ ਦੇਖਦਾ, ਕਿਉਂਕਿ ਇਹਦੇ ਵਿੱਚ ਕਿਸੇ ਦਾ ਪ੍ਰੋਗਰਾਮ ਕਰੋ ਪ੍ਰੋਗਰਾਮ।